ਵਾਜ਼ ਦੇ ਮਾਲਕ ਅੱਜ ਸਾਡੇ ਸਟੂਡੀਓ ਪਹੁੰਚੇ ਹੋਏ ਆ ਸੋ ਵੈਲਕਮ ਬੈਕ ਟੂ ਸ਼ੇਅਰ ਪੰਜਾਬ ਏ ਐਮ 600 ਇਨਰ ਦੇ ਗੀਤ ਤੁਸੀਂ ਪਹਿਲਾਂ ਵੀ ਸੁਣਿਆ ਪਹਿਲਾਂ ਵੀ ਚੱਲਦੇ ਸੀ ਹੁਣ ਵੀ ਚੱਲਦੇ ਤੇ ਚੱਲਦੇ ਰਹਿਣਗੇ ਕਿਉਂਕਿ ਹਮੇਸ਼ਾ ਇਹ ਐਵਰ ਗ੍ਰੀਨ ਜਿਹੜੇ ਗੀਤ ਹੈਗੇ ਆ ਬੜੀ ਲੰਬੀ ਉਮਰ ਵਾਲੇ ਹੈਗੇ ਆ ਸੋ ਤੇਰੇ ਮੇਰੇ ਪਿਆਰ ਨੂੰ ਨਜ਼ਰ ਨਾ ਲੱਗ ਜਾਵੇ ਨਾ ਜੱਟ ਦੀਏ ਹੀਰੇ ਹੁਸਨ ਰਸ ਰਸ ਬੈਨੀ ਆ ਤੇ ਪਰ ਇੱਕ ਕਮਾਲ ਦੀ ਚੀਜ਼ ਹੈ ਕਿ ਜਦੋਂ ਇਹ ਕਿੱਕਲੀ ਪਾਉਂਦੇ ਆ ਬੜੀ ਕਮਾਲ ਦੀ ਪਾਉਂਦੇ ਆ ਪਟ ਜਦੋਂ ਜੁੱਤੀ ਚੂਚੂ ਕਰਦੀ ਆ ਤਾਂ ਫਿਰ ਤਾਂ ਕਮਾਲ ਹੀ ਹੋ ਜਾਂਦੀ ਆ ਹਾਂਜੀ ਤੁਸੀਂ ਬਿਲਕੁਲ ਮੇਰਾ ਸ਼ਾਰਾ ਸਮਝ ਲਿਆ ਹੋਗਾ ਦੋ ਆਂਦੀ ਓਨਲੀ ਦ ਲੈਜੈਂਡਰੀ ਫੋਕ ਸਿੰਗਰ ਸਰਜੀਤ ਖਾਨ ਅੱਜ ਸਾਡੇ ਸਟੂਡੀਓ ਪਹੁੰਚ ਚੁੱਕੇ ਆ ਸੋ ਪਹਿਲੀ ਵਾਰੀ ਸ਼ੇਰ-ਏ-ਪੰਜਾਬ ਏਐਮ 600 ਦੇ ਸਟੂਡੀਓਜ਼ ਦੇ ਵਿੱਚ ਆਏ ਆ ਸੋ ਆਵਰਲ ਕੇ ਆਪਾਂ ਇਹਨਾਂ ਨੂੰ ਸਵਾਗਤ ਇੱਥੇ ਕਰੀਏ ਨਾ ਸੋ ਸਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ੇਰ-ਏ-ਪੰਜਾਬ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਸੁਣ ਰਹੇ ਹੋ ਕੁਝ ਗੱਲਾਂ ਕਰੀਏ ਸੁ ਕੀ ਦਨਾ ਹੋਰ ਕਰਦੇ ਆਂ ਇਹ ਗੱਲਾਂ ਸੁੱਤੀ ਹੋਰ ਕੁਝ ਗੱਲਾਂ ਕਰਦੇ ਆਂ ਕੁਝ ਗੀਤ ਸੰਗੀਤ ਅਸੀਂ ਤਾਂ ਹਮੇਸ਼ਾ ਸੁਣਦੇ ਆ ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵਧਾਈਆਂ ਦੇਣਾ ਚਾਹੁੰਦੇ ਆਂ ਵਧਾਈਆਂ ਤੇ ਪਾਤਰ ਤੁਸੀਂ ਹੈਗੇ ਕਿਉਂਕਿ ਤੁਸੀਂ ਸਾਡੀ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ ਆ ਹਮੇਸ਼ਾ ਸਾਡੇ ਗੀਤ ਅਸੀਂ ਪਰਿਵਾਰਾਂ ਦੇ ਵਿੱਚ ਬੈ ਕੇ ਸਾਫ਼ ਸੁਥਰੇ ਹੁੰਦੇ ਤੇ ਤੁਹਾਡੀ ਜਿਹੜੀ ਗਾਇਕੀ ਨੂੰ ਮੈਨੂੰ ਖਿਆਲ ਤਾਂ ਤਦੇ ਯੂ ਨੋ ਚਾਰ ਚੰਦ ਲੱਗਾ ਹੋਇਆ ਬਿਕਾਜ਼ ਅਸੀਂ ਪਰਿਵਾਰਾਂ ਦੇ ਵਿੱਚ ਬੈ ਕੇ ਸੁਣ ਸਕਦੇ ਆ ਸੋ ਵਧਾਈਆਂ ਤੁਹਾਨੂੰ ਇਸ ਕਰਕੇ ਥੈਂਕ ਯੂ ਸੋਕੀ ਜੀ ਮੇਰੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਵੀ ਜਿਹੜੇ ਵੀ ਮੈਂ ਗੀਤ ਗਾਵਾਂ ਉਹ ਸਿਰਫ ਮੇਰੇ ਪਹਿਲਾਂ ਮੈਂ ਆਪਣੇ ਘਰ ਚ ਸੋਚਦਾ ਕਿ ਮੈਂ ਆਪਣੇ ਘਰ ਚ ਸੌਣ ਸਕਦਾ ਤਾਂ ਹੀ ਰਿਕਾਰਡ ਕਰਾਨਾ ਜੀ ਅਮ ਮੈਨੂੰ ਪਤਾ ਹੈ ਕਿ ਅੱਗੇ ਜਾ ਕੇ ਤਾਂ ਆਪਾਂ ਟੜੀ ਚਲ ਜਰਨੀ ਬਾਰੇ ਗੱਲ ਕਰਦੇ ਹਾਂ ਪਰ ਜਦੋਂ ਤੁਸੀਂ ਕਿਤੇ ਖਾੜਾ ਲਾਉਂਦੇ ਹੋ ਹਮੇਸ਼ਾ ਇੱਕ ਧਾਰਮਿਕ ਗੀਤ ਦੇ ਨਾਲ ਤੁਸੀਂ ਸ਼ੁਰੂ ਕਰਦੇ ਆਂ ਸੋ ਅਮ ਮੈਂ ਵੀ ਅੱਜ ਰਿਕਵੈਸਟ ਕਰਦੀ ਹਾਂ ਕਿ ਆਪਾਂ ਵੀ ਉਸ ਵਾਈ ਗੁਰੂ ਨ ਕਲਪੁਰ ਕਨੂ ਆਪਾਂ ਯਾਦ ਕਰਦੇ ਆਂ ਜਿਨ੍ਹਾਂ ਨੇ ਬਖਸ਼ਿਸ਼ ਦਿੱਤੀ ਆ ਕਿ ਯੂ نو ਆਪਣ ਨੂੰ ਇਹ ਵਧੀਆ ਪਲੈਟਫਾਰਮ ਮਿਲੇ ਹੋਇਆ ਤੇ ਆ ਆਪਾਂ ਸ਼ੁਰੂਆਤ ਇੱਕ ਧਾਰਮਿਕ ਗੀਤ ਤੋਂ ਕਰੀਏ ਮੈਂ ਇੱਕ ਚੰਦ ਗ ਲੈਣਾ ਸੁਣਾ ਦਿੰਨਾ ਧਾਰਮਿਕ ਸੰਗ ਦੇ ਆ ਜੀ ਤਰਨ ਜੀ ਸੁਣਾਣਾ ਥੋੜਾ ਜਾਂ ਹੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਮੌਲਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਐ ਬਾਹਰ ਤੂੰ ਐ ਰੋਮ ਰੋਮ ਵਿੱਚ ਤੂੰ ਤੂੰ ਹੀ ਤਾਣਾ ਤੂੰ ਹੀ ਬਾਣਾ ਸਭ ਕੁਛ ਮੇਰਾ ਤੂੰ ਕਹੇ ਹੁਸੈਨ ਫਕੀਰ ਨੀ ਮਾਣਾ ਮੈਂ ਨਹੀਂ ਸਭ ਤੂੰ ਸਭ ਤੂੰ ਸਭ ਤੂੰ ਮੈਂ ਜਿੱਦਰ ਵੀ ਵੇਖਾਂ ਦਾ ਤਿਆ ਨੂਰ ਤੇਰਾ ਹੀ ਜਾਪੇ ਹਰ ਪਾਸੇ ਤੂੰ ਆਪੇ ਦਾਤਿਆ ਹਰ ਪਾਸੇ ਤੂੰ ਆਪੇ ਹਰ ਪਾਸੇ ਤੂੰ ਆਪੇ ਮਾਲਕਾ ਹਰ ਪਾਸੇ ਤੂੰ ਆਪੇ ਬਿਊਟੀਫੁਲ ਥੈਂਕ ਯੂ ਸੋ ਮਾਚੀ ਐਂਡ ਯੂ ਨੋ 8030 ਜਿਹੜੀ ਬਲੰਦ ਆਵਾਜ਼ ਕਰਕੇ ਅਸੀਂ ਤੁਹਾਡੇ ਨਾਲ ਹਮੇਸ਼ਾ ਤੋਂ ਜੁੜੇ ਆਂ ਐਂਜ ਨਹੀਂ ਵੀ ਤੁਹਾਡੇ ਫੈਨਸ ਹੈਗੇ ਆ ਸਰ ਜੀ ਜੀ ਵੈਸੇ ਤਾਂ ਸਾਰੇ ਤੁਹਾਨੂੰ ਜਾਣਦੇ ਆ ਤੁਹਾਡੀ ਜਰਨੀ ਬਾਰੇ ਵੀ ਸਾਰੇ ਜਾਣਦੇ ਆ ਬਟ ਯੂ ਨੋ ਇਥੇ ਆਪਾਂ ਸਾਡੇ ਜਿਹੜੇ ਲਿਸਨਰਸ ਹੈਗੇ ਆ ਦੱਸਦੀ ਆ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਨਹੀਂ ਬੈਕਗ੍ਰਾਉਂਡ ਸੀ ਕਿਵਰੀ ਆਪਾਂ ਕਹਿੰਦੇ ਆ ਨਾ ਕਿ ਇੱਕ ਬਖਸ਼ਿਸ਼ ਹੁੰਦੀ ਆ ਕਿ ਪਰਿਵਾਰ ਨੂੰ ਕਿ ਜਿਹੜੀ ਤੁਹਾਡੀ ਵੋਇਸ ਆ ਵੀ ਤੁਹਾਡੇ ਪਿਛੋਕੜ ਤੋਂ ਤੁਰੀ ਆਈ ਆ ਪਰ ਤੁਸੀਂ ਪਹਿਲੇ ਆਪਣੇ ਫੈਮਿਲੀ ਦੇ ਵਿੱਚ ਸੀ ਜਿੰਨਾਂ ਨੇ ਇਹ ਗਾਇਕੀ ਦੀ ਜਿਹੜੀ ਕਰੀਅਰ ਚੁਸ ਕੀਤੀ ਸੀਗੀ ਤੇ ਮੇਰਾ ਖਿਆਲ ਹੈ ਜੇ ਆਪਾਂ ਕਹੀਏ ਤੁਹਾਨੂੰ ਡਿਸਕਵਰ ਕਿਹਨੇ ਕੀਤਾ ਤੁਹਾਡੇ ਚਾਚੇ ਨੇ ਤੁਹਾਨੂੰ ਕੀਤਾ ਸੀ ਜਦੋਂ ਤੁਹਾਨੂੰ ਵਾਈਕ ਤੇ ਬਿਠਾਇਆ ਉਹਨਾਂ ਨੇ ਹਨਾ ਹਮੇਸ਼ਾ ਆਪਾਂ ਜਦੋਂ ਵੀ ਆਪਾਂ ਬਹੁਤ ਚਿਰਾਂ ਤੋਂ ਇੱਕ ਦੂਜੇ ਨੂੰ ਜਾਣਦੇ ਤੇ ਆਪਾਂ ਗੱਲਬਾਤ ਕਰਦੇ ਆਪਾਂ ਤੁਹਾਨੂੰ ਸਾਈਕਲ ਦੇ ਉੱਤੇ ਬਿਠਾ ਕੇ ਤਦ ਗਾਣੇ ਨਿਤ ਹਨਾ ਗਵਾਉਂਦੇ ਹੁੰਦੀ ਸੀ ਉਹਦੇ ਬਾਰੇ ਦੱਸੋ ਥੋੜਾ ਜਿਹਾ ਬਸ ਮੈਂ ਛੋਟੇ ਹੁੰਦੇ ਦੀ ਮੈਂ ਛੋਟੇ-ਮੋਟੇ ਖਾੜਿਆਂ ਦੇ ਵਿੱਚ ਜਿੱਦਾਂ ਛੋਟੇ ਇੱਕ ਛੋਟੇ-ਮੋਟੇ ਜਿਹੜਾ ਕਬੱਡੀ ਕੱਪ ਹੁੰਦੇ ਆ ਪਿੰਡਾਂ 'ਚ ਜੀ 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 ਕੋਈ ਵੀ ਜਦੋਂ ਜ ਸਕੂਲ ਦੇ ਵਿੱਚ ਕੋਈ ਐਨਵਲ ਫੰਕਸ਼ਨ ਹੋਣਾ ਪ੍ਰਾਈਜ਼ ਡਿਸਟਰੀਬਿਊਸ਼ਨ ਹੁੰਦਾ ਜਦੋਂ ਉਦੋਂ ਮੈਨੂੰ ਪਰ ਮੈਨੂੰ ਗਾਉਣ ਦਾ ਸ਼ੌਕ ਬਹੁਤ ਸੀਗਾ ਬਚਪਨ ਤੋਂ ਹੀ ਸੀਗਾ ਸੋ ਛੋਟੇ ਜਿਹੇ ਤੋਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਪ੍ਰੋਫੈਸ਼ਨਲ ਸਿੰਗਰ ਬਣਨਾ ਹਾਂ ਹਾਂ ਸੋ ਮੇਰੇ ਚਾਚਾ ਜੀ ਕਈ ਵਾਰ ਮੋਨਸਾਈਕਲ 'ਤੇ ਬਿਠਾ ਲੈਂਦੇ ਸੀ ਕਿ ਚੱਲ ਗਾਣੇ ਸੁਣਾਉਗਾ ਅੱਛਾ ਸੋ ਇਦਾਂ ਦੀ ਵੀ ਜਰਨੀ ਰਹੀ ਆ ਸੋ ਮੇਰੇ ਬੈਕਗ੍ਰਾਉਂਡ 'ਚ ਕੋਈ ਨਹੀਂ ਗਾਉਂਦਾ ਯਾ ਤੇ ਬਸ ਮਾਲਕ ਦੀ ਰਹਿਮਤ ਹੈ ਕਿੰਦਾ ਮੇਰਾ ਮੁਝ ਮੇਂ ਕੁਛ ਨਹੀਂ ਸਭ ਕੁਛ ਹੈ ਤੇਰਾ ਸਭ ਕੁਛ ਹੈ ਸਭ ਤੇਰਾ ਤੇ ਬਹੁਤ ਸਫਲਤਾ ਵੀ ਬਹੁਤ ਮਿਲੀ ਆ ਬਹੁਤ ਅੱਛੇ ਅੱਛੇ ਗਾਣੇ ਮੇਰੇ ਹਿੱਸੇ ਆਏ ਆ ਔਰ ਸਰੋਤਿਆਂ ਦਾ ਪਿਆਰ ਵੀ ਬਹੁਤ ਮੈਨੂੰ ਮਿਲਿਆ ਔਰ ਮਿਲ ਰਿਹਾ ਸੋ ਹੋਰ ਬਹੁਤ ਸਾਰੀ ਲੰਬੀ ਲਾਈਨਾਂ ਗਾਣਿਆਂ ਦੀ ਬਹੁਤ ਸਾਰੇ ਗਾਣੇ ਰਿਕਾਰਡ ਕੀਤੇ ਨੇ ਤੇ ਹੁਣ ਵੀ ਬਹੁਤ ਤੇ ਮੇਰਾ ਇੱਕ ਸਟੱਪਰ ਹੁਣੇ ਫਿਲਮ ਤੂਫਾਂਗ ਫਿਲਮ ਆ ਉਹਦੇ ਚ ਵੀ ਆਇਆ ਗਾਣਾ ਬਹੁਤ ਅੱਛੇ ਪਹਿਲਾਂ ਸੁਣਾ ਵੀ ਆ ਪਰ ਹੁਣ ਮੂਵੀ ਵਾਲਿਆਂ ਨੇ ਲੈ ਲਿਆ ਸੀ ਮੇਤੋਂ ਗਾਣਾ ਫਿਰ ਮੂਵੀ ਚ ਵੀ ਆ ਹੁਣ ਫੇਰ ਬਹੁਤ ਚੱਲੀ ਜਾਂਦਾ ਯਾ ਤੁਹਾਡੇ ਮੇਰੇ ਖਿਆਲ ਗੀਤ ਹੈ ਕਿ ਇਦਾਂ ਕੀ ਤੁਸੀਂ ਹੈ ਨਾ ਤੁਹਾਨੂੰ ਸ਼ੁਰੂ ਤੋਂ ਆਦਤ ਹੈ ਤੁਸੀਂ ਗਾਣੇ ਰਿਕਾਰਡ ਕਰ ਲੈਂਦੇ ਆ ਪਰ ਕਈ ਵਾਰੀ ਉਹਦਾ ਪੈ ਰੰਦੇ ਆ ਹੈ ਨਾ ਤੁਸੀਂ ਉਹ ਰਿਲੀਜ਼ ਨਹੀਂ ਕਰਦੇ ਸੜਾ ਦਿੰਦੇ ਆ ਸਾਨੂੰ ਟੀਜ਼ਰ ਦੇ ਦਿੰਦੇ ਆ ਵੀ ਆ ਸਿੱਕੀ ਗਾਣਾ ਆ ਰਿਹਾ ਪਰ ਉਹ ਕਦੀ ਫੇਰ ਹੈ ਨਾ ਸੁਣਨ ਨੂੰ ਨਹੀਂ ਸਾਨੂੰ ਮਿਲਦਾ ਉਹ ਤੁਹਾਡੀ ਜਿਹੜੀ ਇੱਕ ਬੋਕੇ ਆ ਉਹ ਚ ਤੁਸੀਂ ਹੁਣ ਪਾ ਕੇ ਰੱਖੇ ਹੋਏ ਅਟਾਰੀ ਦੇ ਵਿੱਚ ਨਹੀਂ ਹੁਣ ਟਾਈਮ ਨਹੀਂ ਲੱਗਦਾ ਰਿਲੀਜ਼ ਕਰਨ ਦਾ ਇਹਨੇ ਯਾ ਸੋ ਗਾਣੇ ਬਹੁਤ ਨੇ 4-5 ਵੀਡੀਓ ਆਲਰੇਡੀ ਮੇਰੇ ਲਾਈਨ ਇਸ ਤੋਂ ਇੱਧਾ ਹੋ ਗਿਆ ਕਿ ਇਹ ਪਹਿਲਾਂ ਹੁੰਦੇ ਸੀ 8 ਗਾਣੇ ਦੀ ਟਰੈਕ ਐਲਬਮ ਇੱਕ ਐਲਬਮ ਹੁੰਦੀ ਸੀ ਯਾ ਉਹ ਕੱਢਣ ਦੇ ਸੀ ਅਸੀਂ ਹੁਣ ਈਪੀ ਆ ਗਈਆਂ ਹੁਣ ਇੱਕ ਇੱਕ ਕਰਕੇ ਗਾਣੇ ਕਿੰਨੇ ਕੱਢੀ ਜਾਈਏ ਉਹ ਗਾਣੇ ਬਹੁਤ ਸ਼ੂਟ ਕੀਤੇ ਹੋਏ ਨੇ ਸੋ ਲੱਗੇ ਹੋਏ ਆ ਕੋਈ ਨਹੀਂ ਆ ਜਾਣਗੇ ਸਾਰੇ ਰੇਸ ਦੇ ਨਾਲ ਹੈ ਨਾ ਥੋੜਾ ਜਿਹਾ ਤੁਰਨਾ ਪੈਂਦਾ ਉਹਦੇ ਬਾਰੇ ਅਸੀਂ ਅੱਗੇ ਜਾ ਕੇ ਗੱਲ ਕਰਦੇ ਹਾਂ ਪਰ ਯੂ نو ਇੱਥੇ ਆਪਾਂ ਫਿਰ ਸਿੱਕੇ ਕਰਦੀ ਕਿ ਜਦੋਂ ਤੁਸੀਂ ਇਹ ਖਾੜੇ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟਸ ਜਾਂਦੇ ਹੁੰਦੇ ਸੀ ਉਹ ਤਾਂ ਤੁਹਾਡੀ ਉਮਰ ਕਾਫੀ ਯੰਗ ਸੀ ਪਰ ਤੁਸੀਂ ਆਪਣੀ ਪਹਿਲੀ ਜਿਹੜੀ ਐਲਬਮ ਰਿਲੀਜ਼ ਕੀਤੀ ਉਦੋਂ ਸਿਰਫ ਤੁਸੀਂ 17 ਜਾਂ 18 ਸਾਲਾਂ ਦੇ ਸੀਗੇ ਅਮੇਜ਼ਿੰਗ ਵੀ ਉਦੋਂ ਤੁਸੀਂ ਇੰਨੇ ਯੰਗ ਸੀਗੇ ਤੁਸੀਂ ਪਹਿਲਾਂ ਵੈਸੇ ਸ਼ੌਂਕ ਨਾਲ ਹੀ ਗ ਪ੍ਰੋਫੈਸ਼ਨਲੀ ਵੀ ਸਿਕਨ ਲੱਗ ਪਿਆ ਹੈ ਨਾ ਕਿ ਕਿ ਇਹ ਬਹੁਤ ਜ਼ਰੂਰੀ ਹੈ ਅੱਜ ਕੱਲ ਆਪਾਂ ਇਹ ਵੀ ਨਹੀਂ ਵੇਖੀਦਾ ਹੁਣ ਸਿੰਗਰਸ ਦੇ ਵਿੱਚ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਬਾਥਰੂਮ ਸਿੰਗਰ ਹੈਗੇ ਉਹਦੇ ਰਿਲੀਜ਼ ਕਰ ਦਿੰਦੇ ਪ੍ਰੋਫੈਸ਼ਨਲੀ ਪਰ ਤੁਸੀਂ ਸਟਰਗਲ ਦੇਖੀਏ ਤੇ ਪਿੱਛੇ ਉਹ ਥੋੜੇ ਟਾਈਮ ਲਈ ਚੱਲਦਾ ਹੁੰਦਾ ਜਦੋਂ ਤੁਸੀਂ ਆਮਤ ਗੱਲ ਕਰਦੇ ਹੋ ਨਾ ਕਿ ਤੀਰ ਤੁੱਕਾ ਇੱਕ ਪੰਜਾਬੀ ਦਾ ਸ਼ਬਦ ਹੈ ਬਹੁਤ ਵਧੀਆ ਹੈ ਨਾ ਵੀ ਤੀਰ ਤੁੱਕਾ ਕਈ ਵਾਰੀ ਤੁੱਕਾ ਲੱਗ ਜਾਂਦਾ ਹੁੰਦਾ ਪਰ ਜਦੋਂ ਥੋੜਾ ਜਿਹਾ ਤੁਸੀਂ ਨੌਲੇਜ ਰੱਖਦੇ ਹੋ ਮਿਊਜ਼ਿਕ ਦੇ ਵਿੱਚ ਫਿਰ ਉਹ ਥੋੜਾ ਲੰਬੇ ਟਾਈਮ ਤੱਕ ਬੰਦਾ ਚੱਲ ਜਾਂਦਾ ਸੋ ਮੇਰੇ ਤੇ ਬਖਸ਼ੀ ਬਟ ਫਿਰ ਵੀ ਮੈਂ ਅਪਡੇਟ ਅੱਜ ਦੀ ਜਨਰੇਸ਼ਨ ਵੀ ਮੈਨੂੰ ਜਾਣਦੀ ਆ ਸੋ ਖਾੜੇ ਬਹੁਤ ਲੱਗਦੇ ਨੇ ਮੇਰੇ ਸੋ ਇਹੀ ਬਸ ਪਿਆਰ ਸਰੋਤਿਆਂ ਦਾ ਮੈਨੂੰ ਹਮੇਸ਼ਾ ਇਦਾਂ ਹੁੰਦਾ ਕਿ ਮੈਨੂੰ ਉਹੀ ਜਿਹੜਾ ਸੈਲਫੀ ਸੁਲਫੀ ਜੀ ਪਾ ਕੇ ਉਦਾਂ ਨਾ ਮੈਨੂੰ ਮੈਂ ਇਹ ਉਦਾਂ ਨਾ ਮੈਨੂੰ ਲੋਕੀ ਜਾਣ ਮੇਰੇ ਗਾਣੇ ਕਰਕੇ ਲੋਕੀ ਗਾਣੀਆਂ ਤਾਂ ਕਰਕੇ ਤੁਹਾਨੂੰ ਜਾਣਣ ਰਾਈਟ ਮੈਨੂੰ ਜ਼ਿਆਦਾ ਚੰਗਾ ਲੱਗਦਾ ਮੈਂ ਜਦੋਂ ਕੰਟੈਂਟ ਕੋਈ ਮੈਨੂੰ ਅੱਛਾ ਮਿਲ ਜਾਂਦਾ ਬਣ ਜਾਂਦਾ ਸੋ ਬਹੁਤ ਚੰਗਾ ਲੱਗਦਾ ਤੁਸੀਂ ਜਦੋਂ ਸਿੱਖਣ ਲੱਗੇ ਸੀ ਪ੍ਰੋਫੈਸ਼ਨਲੀ ਤੁਹਾਡਾ ਉਸਤਾਦ ਕੌਣ ਸੀ ਜਾ ਤੋ ਤੁਸੀਂ ਸਿੱਖਿਆ ਸੇਗਾ ਮੇਰੇ ਉਸਤਾਦ ਜੀ ਮੁਰਲੀਧਰ ਸੋਨੀ ਜੀ ਆ ਜੇ ਆਪਣਾ ਬਲਾਈਂਡ ਨੇਖਾਂ ਤੋਂ ਪ੍ਰੋਫੈਸਰ ਨੇ ਮਿਊਜ਼ਿਕ ਦੇ ਸੋ ਮਤਲਬ ਉਹਨਾਂ ਵਰਗਾ ਮੈਨੂੰ ਲੱਗਦਾ ਨੇ ਕਿ ਦੁਨੀਆ 'ਚ ਹੀ ਮੈਂ ਕਹਿ ਸਕਦਾ ਕਿ ਟੈਲੈਂਟਡ ਹੋਊਗਾ ਕੋਈ ਉਹਨਾਂ ਵਰਗਾ ਕੋਈ ਇੰਸਟਰੂਮੈਂਟ ਫੜਾ ਦੋ ਜਿੰਨੇ ਵੀ ਦੁਨੀਆ 'ਤੇ ਬਣੇ ਨੇ ਉਹ ਫਸਟ ਵਾਰੀ ਬਜਾ ਦਿੰਦੇ ਆ ਅੱਛਾ ਬਹੁਤ ਜ਼ਿਆਦਾ ਨੌਲੇਜ ਹੈ ਸੋ ਉਹਨਾਂ ਤੋਂ ਮੈਂ ਸਿੱਖਦਾ ਰਿਹਾ ਹੁਣ ਥੋੜਾ ਟਾਈਮ ਕੱਟ ਲੱਗਦਾ ਪਰ ਫਿਰ ਵੀ ਜੋ ਜੋ ਕਿਤੋਂ ਮਿਲਦਾ ਮੈਂ ਕੋਸ਼ਿਸ਼ ਕਰਦਾ ਕਿ ਸਿੱਖਾਂ ਜੀ ਸੋ ਜਦੋਂ ਤੁਸੀਂ ਉਹਨਾਂ ਤੋਂ ਸਿੱਖਣ ਲੱਗੇ ਤੁਸੀਂ ਪਛਾਣ ਤਾਂ ਦੇਖਿਆ ਨਿਕਾ ਉਹ ਤਾਂ ਆਪ ਨੂੰ ਵੀ ਪਤਾ ਹੈ ਹਨਾ ਅੱਗੇ ਤੁਸੀਂ ਤੁਰਦੇ ਰਹੇ ਤੇ ਯੂ نو ਇੱਕ ਹਮੇਸ਼ਾ ਕੋਈ ਵੀ ਜਿਹੜਾ ਗਾਇਕ ਹੁੰਦਾ ਉਹਦੀ ਜਿਹੜੀ ਪਛਾਣ ਯੂ نو ਇੱਕ ਗੀਤੋਂ ਤੋਂ ਬਣਦੀ ਹੁੰਦੀ ਹੈ ਕੇਵਰੀ ਆਪਾਂ ਬਹੁਤ ਰਿਲੀਜ਼ ਕਰੀਦੇ ਆ ਤਾਂ ਨਾ ਮੇਕ ਆਪਾਂ ਕਈ ਸਿੰਗਰ ਜਾਣਦੇ ਜਿਨ੍ਹਾਂ ਨੇ ਧਾਰਮਿਕ ਗੀਤ ਵੀ ਰਿਲੀਜ਼ ਕੀਤੇ ਆ ਪਰ ਇੱਕ ਗਾਣਾ ਉਹਨਾਂ ਦਾ ਫੋਰੇਵਰਿਕ ਐਵਰਗ੍ਰੀਨ ਹੁੰਦਾ ਜਾਂ ਉਹਨਾਂ ਦੀ ਜਿੱਤ ਤੋਂ ਪਛਾਣ ਬਣੀ ਹੈ ਤੇ ਤੁਹਾਡੇ ਇੱਕ ਬੜਾ ਕਮਾਲ ਦਾ ਗੀਤ ਸੀਗਾ ਐਂਡ ਯੂ نو ਉਹਦੇ ਵਿੱਚ ਯੂ نو ਜਿਵੇਂ ਆਪਾਂ ਕਿ ਤੁਸੀਂ ਉਹ ਗੀਤ ਚੇਕੇ ਰੈਕੋਰਡ ਤੋੜ ਦਿੱਤਾ ਤੇ ਉਹ ਸੀਗਾ ਏਕ ਦਾ ਰਕਟ ਜਦੋਂ ਅਸੀਂ ਯੂ نو ਲੈਜੈਂਡਸ ਦੀ ਗੱਲ ਕਰਦੇ ਆ ਜਿਹਦੇ ਵਿੱਚ ਤੁਸੀਂ ਵੀ ਅੱਜ ਇੱਕ ਲਿਵਿੰਗ ਲੈਜੈਂਡ ਹੈਗੇ ਆ ਪਰ ਇੱਕ ਸਰਜੀਤ ਬਿੰਦਰ ਕਿਹਾ ਤਾਂ ਜੇ ਮੈਂ ਜ਼ਿਕਰ ਕਰਾਂ ਤੇ ਉਹਨਾਂ ਨੇ ਵੀ ਇੱਕ 28 ਸੈਕਿੰਡ ਦੀ ਜਿਹੜੀ ਹੇਕ ਸੀ ਉਹਨਾਂ ਦੇ ਗੀਤ ਦੇ ਵਿੱਚ ਸੀ ਪਰ ਤੁਸੀਂ ਉਹ ਵੀ ਟੱਪ ਗਏ ਸੋ ਉਹ ਤਾਂ ਦੱਸੋ ਉਹਤ ਮਹਿਫਲ ਕਿਵੇਂ ਬਣੀ ਰਹੀ ਮੈਂ ਬਿੰਦਰ ਕਿਵੇਂ ਤਾਂ ਸੀਨੀਅਰ ਸੀਗਾ ਜੀ ਬਹੁਤ ਵਧੀਆ ਗਾਇਕ ਸੀਗਾ ਸੋ ਮੈਂ ਤਾਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਜੀ ਸੋ ਮਾਨਕ ਸਾਹਿਬ ਨੂੰ ਬਹੁਤ ਸੁਣ ਮੈਂ ਸਾਰੇ ਸਿੰਗਰਾਂ ਨੂੰ ਸੁਣਦਾ ਜੀ ਜੀ ਤੇ ਬਸ ਉਹ اچانک ਹੀ ਬਸ ਉਦਾਂ ਹੀ ਲੱਗਦਾ ਕਿ ਮੇਰੇ ਖੁੱਲਾ ਗਾਣਾ ਪੰਜਾਬ ਦੇ ਲੋਕੀ ਬਹੁਤ ਪਸੰਦ ਕਰਦੇ ਆ ਜੀ ਇੱਕਦਮ ਪ੍ਰਵਾਨ ਹੋ ਜਾਂਦਾ ਤੇ ਮੈਨੂੰ ਸੀਗਾ ਕਿ ਬਿੰਦ ਰੱਖਿਆ ਨਹੀਂ ਕਲਾਈ ਸੀ ਉਹਦਾ ਲਿਖਿਆ ਸੀਗਾ 28 ਸੈਕਿੰਡ ਦਾ ਵਿਸ਼ਵ ਰਿਕਾਰਡ ਜੀ ਤੇ ਫਿਰ ਇਹ ਉਦੋਂ ਏਟੀਐਨ ਟੀਵੀ ਚੱਲਦਾ ਹੁੰਦਾ ਸੀਗਾ ਪੰਜਾਬ ਦੇ ਵਿੱਚ ਉਹਦੇ 32 ਸੈਕਿੰਡ ਦਾ ਹੀ ਪ੍ਰੋਮੋ ਚੱਲਦਾ ਸੀ ਹਾਂ ਹਾਂ ਤੇ ਉਸ ਤੋਂ ਉਹ ਹੁਣ ਉਹਦਾ 30 10 ਸੈਕਿੰਡ ਦਾ ਵੀ ਹੋਣ ਲੱਗਿਆ ਸੀ ਐਡ ਚੱਲਦੀ ਸੀ ਤੇ 20 ਸੈਕਿੰਡ ਦਾ ਵੀ ਹੁੰਦਾ ਸੀ ਉਹ ਤਾਂ 30 ਦਾ ਹੀ ਚੱਲਦਾ ਸੀਗਾ ਉਹ ਤੋਂ ਥੱਲੇ ਐਡ ਨਹੀਂ ਚੱਲਦੀ ਸੀ ਕਦੇ ਨਹੀਂ ਚੱਲਦੀ ਸੀ ਜੀ ਸੋ ਫਿਰ ਮੈਂ ਏਕ ਅਸੀਂ ਮੈਂ ਉਹਦਾ ਲਾਤੀ ਫਿਰ ਮੈਂ ਉਹ 30 ਸੈਕਿੰਡ ਦਾ ਹੀ ਪ੍ਰੋਮੋ ਲਾ ਕੇ ਕਿੱਕਲੀ ਪਾ ਕੇ ਗਾਣਾ ਸੀਗਾ ਜਦੋਂ ਉਹ ਪੜਦਾ ਹੁੰਦਾ ਸੀ ਮੈਂ ਕਾਲਜ ਚ ਰਾਈਟ ਰਾਈਟ ਤੇ ਉਹ ਲਾ ਕੇ ਅਸੀਂ ਉਹਦੇ ਮੂਰੇ ਏਕ ਲਾਤੀ ਗਾਣ ਦੇ ਮੋਰੇ ਸੀ ਉਹ ਲੋਕਾਂ ਨੇ ਇੱਕਦਮ ਇੰਨਾ ਜ਼ਿਆਦਾ ਹੋ ਗਿਆ ਬੱਲੇ ਬੱਲੇ ਹਾਂ ਵੀ ਹੈ ਕਿ ਜ ਉਸ ਤੋਂ ਬਾਅਦ ਫਿਰ ਮੇਰਾ ਚੱਲ ਗਿਆ ਸੋ ਗਾਣਾ ਸੀਗਾ ਜਿੰਦ ਸਵਾੜਾ ਜਿੱਦਾਂ ਲਿਖਿਆ ਉਹ ਵਿਚਾਰੇ ਹੁਣ ਇਸ ਦੁਨੀਆ ਤੇ ਨਹੀਂ ਹੈ ਜੀ ਜੀ ਤੇ ਮਸ ਜਿੰਦ ਸਵਾੜਾ ਜੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਮੇਰੇ ਕੈਰੀਅਰ ਦੇ ਵਿੱਚ ਬਹੁਤ ਸਾਰੇ ਗਾਣੇ ਉਹਨਾਂ ਦੇ ਹਿੱਟ ਹੋਏ ਨੇ ਮੇਰੇ ਜੁੱਤੀ ਚੋਂ ਚੋਂ ਕਰਦੀ ਹੈ ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ ਕਿੱਕਲੀ ਪਾ ਕੇ ਹੁਸਨ ਜੀ ਕਿੰਜ ਗੁਜ਼ਾਰਾਂ ਕੱਲੀਆਂ ਮਰਾਤਾ ਕਾਲੀਆਂ ਬਹੁਤ ਸਾਰੇ ਗਾਣੇ ਨੇ ਜਿਹੜੇ ਉਹ ਜਿੰਨੇ ਵੀ ਗਾਣੇ ਉਹਨਾਂ ਦੇ ਗਾਏ ਨੇ ਉਹ ਸਾਰੇ ਸੁਪਰ ਹਿੱਟ ਹੋਏ ਨੇ ਔਰ ਦੋ ਤਿੰਨ ਗਾਣੇ ਮੈਂ ਹੁਣ ਦੀਪ ਜੰਡੂ ਦੇ ਨਾਲ ਕਰਕੇ ਆਇਆ ਉਹਨਾਂ ਦੇ ਸੋ ਕਮਾਲ ਕਮਾਲ ਸੋ ਕਾਫੀ ਮਟੀਰੀਅਲ ਹਾਜੀ ਵੀ ਤੁਹਾਡੇ ਕੋਲ ਉਹਨਾਂ ਵਾਲਾ ਲਿਖਿਆ ਜਿੰਨਾ ਜਿੰਨਾ ਤੱਕ ਮੈਂ ਗਾਉਂਦਾ ਰੋਗ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਗਾਣੇ ਮਗਾਉਂਦਾ ਹੀ ਰਹਿਣਾ ਉਹਨਾਂ ਨੇ ਵੀ ਤੁਹਾਡੇ ਗੀਤਾਂ ਰਹੀ ਉਹਨਾਂ ਨੇ ਆਪਣੀ ਜੀਂਦੇ ਰਹਿਣਾ 30000 ਗਾਣੇ ਲਿਖੇ ਹੋਏ ਨੇ ਤੇ ਉਹਨਾਂ ਹਰ ਇੱਕ ਗਾਣੇ ਦੇ ਉੱਤੇ ਮੇਰਾ ਨਾਮ ਲਿਖਿਆ ਹੋਣਾ ਹੈ ਅੱਛਾ ਯਾ ਕੀ ਬਾਤ ਸੋ ਮੈਨੂੰ ਕੋਸ਼ਿਸ਼ ਕਿਸੇ ਨੂੰ ਤਾਂ ਸਮਝਦਾ ਕਿ ਚਲੋ ਉਹਦਾ ਟਾਈਮ ਨਹੀਂ ਲੱਗਦਾ ਪਰ ਆ ਜਿਹੜੇ ਪਿਛਲੇ ਦਿਨ ਜਦੋਂ ਸੀਗੇ ਮਾਸਟਰ ਜਿੰਸਵਾੜਾ ਜੀ ਤੇ ਮੈਂ ਉਹਨਾਂ ਦੇ ਨਾਲ ਜਾਦਾ ਟਾਈਮ ਮੈਂ ਬਹੁਤ ਟਾਈਮ ਰਿਹਾ ਪੰਜ ਛੇ ਮਹੀਨੇ ਉਹਦੇ ਨਾਲ ਹੀ ਰਿਹਾ ਅੱਛਾ ਇੰਡੀਆ ਦੇ ਵਿੱਚ ਹਾਂ ਸੋ ਚਲੋ ਖੈਰ ਪ੍ਰਮਾਤਮਾ ਕਹਿੰਦੇ ਵੀ ਜਿਹੜਾ ਬੰਦਾ ਆਇਆ ਉਹਨੂੰ ਜਾਣਾ ਤੇ ਹੈਗੀਆ ਜੀ 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 ਬਟ ਪਰ ਲੈਜੈਂਡ ਉਹ ਵੀ ਹੈ ਕਿਨੇ ਇਹਨੇ ਕੀ ਤੋਂ ਹੋਵਦੀਆ ਤੁਹਾਨੂੰ ਜਾਨੇ ਤੁਹਾਨੂੰ ਦਾ ਸ਼ਾਇਰ ਹੈ ਕਮਾਲ ਦਾ ਉਹਨਾਂ ਵਰਗਾ ਲਿਖਣਾ ਬਹੁਤ ਔਖਾ ਜੀ ਬਹੁਤ ਔਖਾ ਬਹੁਤ ਅੱਛੇ ਗਾਣੇ ਲਿਖੇ ਨੇ ਔਰ ਪਾਇਦਾਰ ਗਾਣੇ ਨੇ ਜੱਟ ਦੀ ਹੀਰੇ ਉਹ ਵੀ ਉਹਨਾਂ ਦਾ ਸੀਗਾ ਜੀ ਸੋ ਬਹੁਤ ਸਾਰੇ ਉਹ ਇਸ ਤੋਂ ਜਿਹੜੇ ਨਾ ਹਿੱਟ ਨਹੀਂ ਹਜੇ ਤਾਂ ਤੁਸੀਂ ਜ਼ਿਕਰ ਕੀਤਾ ਸੁਪਰ ਹਿੱਟ ਉਹ ਜਿਹੜੇ ਉਹਨਾਂ ਦੇ ਗੀਤ ਉਹ ਜਿਹੜੇ ਉਹਨਾਂ ਦੀ ਕਲਮ ਹੀ ਇਹੋ ਜਿਹੀ ਸੀ ਪਾਇਦਾਰ ਗਾਣੇ ਵਿੱਚ ਜੋ ਇਦਾਂ ਰਹਿਣਗੇ ਜੋਤੀ ਚੋਂ ਚੋਂ ਕਰਦੀ ਕਦੇ ਪੁਰਾਣਾ ਨਹੀਂ ਹੋਣਾ ਨਾ ਕਿੱਕ ਲਈ ਪਾ ਕੇ ਨਹੀਂ ਹੋਣਾ ਹੁਣ ਮੈਨੂੰ ਇਹਨੇ ਲੋਕੀ ਯੂਕੇ ਤੋਂ ਵੀ ਬਹੁਤ ਪ੍ਰੋਡਿਊਸਰ ਕਾਲਾਂ ਕਰਦੇ ਨੇ ਯਾਰ ਕਿੱਕ ਲਈ ਪਾ ਕੇ ਦਾ ਅਸੀਂ ਸਾਨੂੰ ਦੁਬਾਰੇ ਰਿਕਾਰਡ ਕਰਾ ਦੇ ਗਾਉ ਉਹ ਐਚ ਐਮ ਬੀ ਕੋਲ ਰਾਈਟਸ ਨੇ ਉਹਦੇ ਪਤਾ ਨਹੀਂ ਮੈਨੂੰ ਕਿੱਦਾਂ ਮੈਂ ਕਿਹਾ ਉਹ ਮਤਲਬ ਉਹਨਾਂ ਦੇ ਗਾਣੇ ਯੰਗ ਨੇ ਉਹ ਹਮੇਸ਼ਾ ਇਦਾਂ ਦਾ ਲ ਸ਼ਾਇਦ ਨਹੀਂ ਗਾਣੇ ਦੀ ਲਾਈਫ ਬਹੁਤ ਘੱਟ ਹੁੰਦੀ ਉਹਨਾਂ ਦੇ ਗਾਣੇ ਦੀ ਲਾਈਫ ਅੱਜ ਮੈਂ ਹੁਣ ਟੋਰਾਂਟੋ ਸ਼ੋਅ ਕਰਕੇ ਆਇਆ ਜੀ ਮੇਰੇ ਖਿਆਲ ਦੇ ਵਿੱਚ ਐਡਾ ਵੱਡਾ ਹਿੱਟ ਗਿਆ ਪ੍ਰੋਗਰਾਮ ਉਹ ਅਜੇ ਵੀ ਜਨਰੇਸ਼ਨ ਦੇ ਦਿਮਾਗ ਦੇ ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ ਕਿੱਕਲੀ ਪਾ ਕੇ ਹੁਸਨ ਜੁੱਤੀ ਚੁੰਚੂ ਚੁੰਚੂ ਕਰਦੀ ਹੈ ਹਨਾ ਉਹ ਹਾਲੇ ਵੀ ਹੋ ਰਿਕੁਐਸਟ ਕਰਦੇ ਤਾਂ ਗੀਤ ਉਹ ਇੱਕਦਮ ਮੈਂ ਕਹਿੰਦਾ ਜਨਤਾ ਇਦਾਂ ਲੋਕੀ ਬਹੁਤ ਪਿਆਰ ਕਰਦੇ ਨੇ ਪਿਆਰ ਕਰਦੇ ਆ ਸੋ ਇਦਾਂ ਦੇ ਗਾਣੇ ਮੇਰੇ ਹਿੱਸੇ ਆਏ ਨੇ ਸੋ ਉਹਨਾਂ ਦਾ ਧੰਨਵਾਦ ਕਰਦੇ ਉਹਦੀ ਕਲਮ ਦੇ ਧੰਨਵਾਦ ਅਸੀਂ ਕਰਦੇ ਮੈਂ ਕਹਿੰਦਾ ਇਸ ਜਨਮ ਚ ਮੈਂ ਮੋਰ ਨਹੀਂ ਮੋਰਦਾ ਤੇ ਇੱਕ ਜਿਹੜੀ ਤੁਹਾਡੀ ਕਲਾਬੋਰੇਸ਼ਨ ਦੋਨਾਂ ਦੀ ਹੈ ਨਾ ਉਹ ਉਹ ਫਿੱਟ ਬੈ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਡਾ ਗੀਤ ਹੈ ਉਹਨਾਂ ਦਾ ਲਿਖਿਆ ਤੁਹਾਡੇ ਜ਼ੁਬਾਨੋਂ ਜਿਹੜਾ ਨਿਕਲਿਆ ਉਹ ਰੱਬ ਬੋਲਦਾ ਵੀ ਇੱਕ ਪਹਿਲਾ ਹੀ ਹਿੱਟ ਹੋ ਜਾਂਦਾ ਸੋਕੀ ਜੀ ਥੋੜੇ ਦਿਨਾਂ ਤੱਕ ਗਾਣਾ ਉਹਨਾਂ ਦਾ ਰਿਲੀਜ਼ ਹੋਣਾ ਦੇਖਿਓ ਤੁਸੀਂ ਮੈਂ ਇਹਨੂੰ ਉਮੀਦ ਕਰਕੇ ਫੇਰ ਵੀ ਰੈਕર્ડ ਤੋੜੂਗਾ ਗਾਣਾ ਬਹੁਤ ਵਧੀਆ ਮਤਲਬ ਉਹਨਾਂ ਦੀ ਸ਼ਾਇਰੀ ਹੈ ਤੇ ਬਹੁਤ ਜਿਆਦਾ ਬਹੁਤ ਕਮਾਲ ਕਮਾਲ ਦੇ ਸ਼ਾਇਰ ਹਨ ਕਮਾਲ ਦੇ ਸ਼ਾਇਰ ਨੇ ਸੋ ਆਪਣੀ ਪਹਿਲੀ ਬ੍ਰੇਕ ਤੋਂ ਪਹਿਲਾਂ ਜੇ ਹੁਣ ਆਪਾਂ ਜ਼ਿਕਰੀ ਕੀਤਾ ਉਹਨਾਂ ਦੇ ਜਨ ਸਵਾਰੇ ਜੀ ਦੇ ਤੇ ਨਾਲ ਹੀ ਅਸੀਂ ਕਿਕਲੀ ਦੀ ਗੱਲ ਕੀਤੀ ਹੈ ਜੇ ਤੋ ਤੁਹਾਡੀ ਜਿਹੜੀ ਪਹਿਲੀ ਵਿਚਾਨ ਬਣੀ ਸੀਗੀ ਜੇ ਉਹਦੇ ਦੋ ਬਹੁਤ ਹੋ ਜਾਣਤਾ ਖੋਰੇ ਰੱਬ ਨੇ ਖੋਰੇ ਰੱਬ ਨੇ ਖੋਰੇ ਰੱਬ ਨੇ ਬਣਾਈ ਤੂੰ ਕਿੰਨੀ ਵਾਰ ਟਾ ਕੇ ਕਿੰਨੀ ਵਾਰ ਟਾ ਕੇ ਤੈਨੂੰ ਜੋਬਨ ਚੜਿਆਏ ਨੀ ਕਿੱਕਲੀ ਪਾਕੇ ਨੀ ਕਿੱਕਲੀ ਪਾਕੇ ਤੈਨੂੰ ਜੋਬਨ ਚੜਿਆਏ ਨੀ ਕਿੱਕਲੀ ਪਾਕੇ ਨੀ ਕਿੱਕਲੀ ਪਾਕੇ ਵਾਹ ਜੀ ਵਾਹ ਸੋ ਇਦਾਂ ਹੀ ਰੌਣਕ ਅਸੀਂ ਜਾਰੀ ਰੱਖਣੀ ਆ ਅੱਜ ਸਾਡੇ ਸਟੂਡੀਓ ਪਹੁੰਚੇ ਹੋਏ ਦਵਾਂਦੀ ਹੁੰਦੀ ਤੇ ਲੈਜੈਂਡਰੀ ਸਰਜੀਤ ਖਾਨ ਸੋ ਤੁਸੀਂ ਸਾਣਾ ਇਦਾਂ ਜੁੜੇ ਰਹੋ ਅਸੀਂ ਹਜੇ ਹੋਰ ਬਹੁਤ ਸਾਰੇ ਇਹਨਾਂ ਤੋਂ ਗੀਤ-ਗੀਤ ਸੁਣਨੇ ਆ ਇਹਨਾਂ ਨਾਲ ਗੱਲਾਂ-ਬਾਤਾਂ ਕਰਨੀਆਂ ਵੀ ਬੀ ਰਾਈਟ ਬੈਕ ਆਫਟਰ ਥਿਸ ਸ਼ਾਰਟ ਲਿਟਲ ਬ੍ਰੇਕ ਕੀਪ ਇਟ ਲੌ AM 600 ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਮੈਂ ਹਤੜੀ ਆਪਣੀ ਸਕੀ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਹੋਏ ਦੀ ਵਨ ਦੀ ਓਨਲੀ ਫੋਕ ਲੈਜੈਂਡਰੀ ਸਿੰਗਰ ਸਰਜੀਤ ਖਾਨ ਸੋ ਆਵਾ ਪਰਲ ਕੇ ਇਹਨਾਂ ਦਾ ਫਿਰ ਤੋਂ ਸਵਾਗਤ ਕਰੀਏ ਸਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸ਼ੇਰ ਪੰਜਾਬ ਰੇਡੀਓ ਤੇ ਜੀ ਵੈਲਕਮ ਸਿਕੀ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ so much ਸੋ ਅ ਸਰਜੀਜੀ ਆਪਾਂ ਗੱਲ ਕਰਦੇ ਸੀ ਬ੍ਰੇਕ ਤੋਂ ਪਹਿਲਾਂ ਜਿਹੜੇ ਐਵਰਗ੍ਰੀਨ ਆਪਣੇ ਗੀਤ ਹੁੰਦੇ ਆ ਜਿਹੜੇ ਗੀਤਾਂ ਦੀ ਲੰਬੀ ਉਮਰ ਬੜੀ ਹੁੰਦੀ ਆ ਤੇ ਕਈ ਵਾਰੀ ਇੱਕ ਗਾਇਕ ਦੇ ਤੌਰ ਤੇ ਆਪਾਂ ਗੀਤ ਆਪਾਂ ਤੁਹਾਡੇ ਕੋਲ ਬੜੇ ਆਉਂਦੇ ਆ ਐਂਡ ਹਰੇਕ ਨੂੰ ਹੁੰਦਾ ਕਿ ਸਾਡਾ ਗੀਤ ਸਰਜੀਤ ਗਾਵੇ ਸਾਡਾ ਗੀਤ ਸਰਜੀ ਖਾਵੇ ਪਰ ਤੁਸੀਂ ਕਈ ਵਾਰੀ ਗੀਤ ਹੁੰਦਾ ਆ ਤੇ ਐਕਸਪੈਰੀਮੈਂਟ ਹੋਦੀ ਹੁੰਦੀ ਆ ਕਿ ਪਤਾ ਨਹੀਂ ਚੱਲੂਗਾ ਕੰਨਾ ਚੱਲੂਗਾ ਦੇਖੀ ਜਾਓ ਹਨਾ ਕਈ ਵਾਰੀ ਤੁਸੀਂ ਉਹਦੇ ਰਿਲੀਜ਼ ਕਰ ਦਿੰਦੇ ਹੋ ਉਹਦੇ ਤੁਸੀਂ ਛੱਡ ਦਿੰਦੇ ਆ ਪਰ ਕੋਈ ਇੱਕ ਗੀਤ ਸੀ ਤੁਹਾਡਾ ਜਿਹੜਾ ਮੈਨੂੰ ਲੱਗਦਾ ਆ ਤੁਹਾਡਾ ਉਹ ਹਮੇਸ਼ਾ ایਵਰਗ੍ਰੀਨ ਜਿਹੜਾ ਗੀਤ ਰਹਿਣਾ ਜਿਹੜੇ ਹਾਲੇ ਵੀ ਸਾਡੇ ਜਿਹੜੇ ਯੂ نو ਤੁਸੀਂ ਵੀ ਇਹਦਾ ਜ਼ਿਕਰ ਕੀਤਾ ਸੀ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਪ੍ਰੋਡਿਊਸਰਸ ਆ ਉਹ ਹਾਲੇ ਵੀ ਉਹ ਗੀਤ ਦੇ ਬਹੁ ਪਿੱਛੇ ਪਏ ਹੋਇਆ ਕਿ ਯੂ نو ਕਿਤੇ ਨਾ ਕਿਤੇ ਅਸੀਂ ਵੀ ਇਹਦੇ ਨਾਲ ਕੋਲਾਬੋਰੇਸ਼ਨ ਕਰਨਾ ਪਰ ਜਿਹੜਾ ਉਹ ਗੀਤ ਦਾ ਜਿਹੜਾ ਮੁਖੜਾ ਆ ਮੈਨੂੰ ਪਤਾ ਉਹਦੇ ਪਿੱਛੇ ਵੀ ਇੱਕ ਸਟੋਰੀ ਹੈਗੀ ਆ ਬਿਕਾਜ਼ ਤੁਹਾਨੂੰ ਲੱਗਦਾ ਸੀ ਜਾਂ ਮੇਰਾ ਖਿਆਲ ਜਿਹੜੇ ਜਿਨ੍ਹਾਂ ਨੇ ਪ੍ਰੋਡਿਊਸ ਕੀਤਾ ਵੀ ਉਹਦੇ ਜਿਹੜੇ ਦੋ ਬੋਲ ਹੈਗੇ ਉਹਦਾ ਮੁਖੜਾ ਸ਼ਾਇਦ ਜਿਹੜੇ ਇਧਰਲੇ ਜੰਪਾਲ ਬੱਚੇ ਆ ਜਿਹੜਾ ਯੰਗਰ ਜਨਰੇਸ਼ਨ ਉਹਨੂੰ ਨਾ ਸਮਝੂਗਾ ਇਸ਼ਾਰਾ ਮੇਰਾ ਜਾ ਰਿਹਾ ਚੂਚੂਵਲ ਸੋ ਉਹਦੀ ਸਟੋਰੀ ਦੱਸੋ ਕਿ ਜਦੋਂ ਤੁਸੀਂ ਉਹ ਗੀਤ ਜਦੋਂ ਰਿਕਾਰਡ ਕਰਨ ਲੱਗੇ ਸੀ ਉਹਦੇ ਪਿੱਛੇ ਸਟੋਰੀ ਕੀ ਸੀਗੀ ਆ ਜਦੋਂ ਮਾਸੀ ਨੇ ਗਾਣਾ ਮੰਨ ਜਿੰਨੇ ਸਵਾੜ ਜਿੰਨੇ ਸੁਣਾਇਆ ਸੀਗਾ ਗਾਣਾ ਜੋਤੀ ਚੂਚੂ ਕਰਦੀ ਹੈ ਉਹਦੇ ਚ ਸ਼ਬਦ ਜਿਹੜਾ ਚੂਚੂ ਸੀ ਮੈਨੂੰ ਲੱਗਦਾ ਸੀ ਬਹੁਤ ਅਟਰੈਕਟਿਵ ਹੈ ਯਾ ਤੇ ਇਸ ਸ਼ਾਇਰੀ ਤਾਂ ਦੀ ਹਾਈ ਕਮਾਲ ਸੀਗੀ ਜੀ ਤੇ ਜਦੋਂ ਮੈਂ ਗਾਣਾ ਬਣਾਇਆ ਤੇ ਇੰਗਲੈਂਡ ਦੇ ਵਿੱਚ ਰਿਕਾਰਡ ਕੀਤਾ ਰਵੀ ਬੱਲ ਨੇ ਇਸ ਐਲਬਮ ਨੂੰ ਹਾਂ ਹਾਂ ਸੋ ਜਦੋਂ ਇਹ ਗਾਣਾ ਹੈਡਲਾਈਨਰ ਐਲਬਮ ਦੇ ਵਿੱਚ ਸੀ ਨਾ ਹੈਡਲਾਈਨਰ ਐਲਬਮ ਸੀ ਕਿ ਸਾਰੇ ਗਾਣੇ ਹਿੱਟ ਸੀਗੇ ਐਲਬਮ ਵੀ ਹਿੱਟ ਸੀ ਸਾਰੀ ਉਹ ਹੀ ਐਲਬਮ ਪੂਰੀ ਹਿੱਟ ਸੀ ਜਿੰਨਾਂ ਦੇ ਬਹੁਤ ਮਾੜੇ ਨਹੀਂ ਹੁੰਦੇ ਸੁਰਖੀਆਂ 'ਚ ਨਾ ਹਨਾ ਟੁੰਡੇ ਚੱਕਣੇ ਨੂੰ ਖੜੇ ਤਿਆਰ ਬਹੁਤ ਸਾਰੇ ਗਾਣੇ ਸੀ ਉਹਦੇ ਤੇ ਜਦੋਂ ਟਰੈਕ ਬਣ ਗਿਆ ਤਾਂ ਪ੍ਰੋਡਿਊਸਰ ਸੀਗੇ ਜਿਹੜੇ ਉੱਥੇ ਮੂਵੀ ਬਾਕਸ ਵਾਲੇ ਇੰਗਲੈਂਡ ਦੇ ਵਿੱਚ ਕਮਰਾਨ ਯੈਸ ਉਹ ਕਹਿੰਦੇ ਕਹਿੰਦੇ ਯਾਰ ਟਰੈਕ ਵਧੀਆ ਬਣ ਗਿਆ ਬਈ ਇਹ ਗਾਣਾ ਬਹੁਤ ਵੱਡਾ ਬਣ ਗਿਆ ਤੇ ਇਹ ਇਹਦੀ ਵਾਰਨਿੰਗ ਸ਼ਮ ਸਮਝ ਨਹੀਂ ਆਣੀ ਲੋਕਾਂ ਨੂੰ ਇੱਥੇ ਬੋਰਨ ਬੱਚਿਆਂ ਨੂੰ ਚੂੰ ਚੂੰ ਮਿਚੂ ਮਿਚੂ ਕੀ ਹੁੰਦਾ ਹੈ ਨਾ ਅੱਗੇ ਕਦੀ ਸੁਣਿਆ ਨਹੀਂ ਪਾ ਵੀ ਚੇਂਜ ਕਰ ਲਿਆ ਫਿਰ ਮੈਨੂੰ ਲੱਗਿਆ ਤਾਂ ਮੈਂ ਕਿਹਾ ਭਾਜੀ ਜੇ ਇਹ ਕੱਢਣਾ ਵਿੱਚੋਂ ਨਾ ਫਿਰ ਗਾਣਾ ਹੀ ਬੰਦ ਕਰ ਲਓ ਪਾ ਹੋਰ ਲੈ ਲਓ ਗਾਣਾ ਅੱਛਾ ਤੁਸੀਂ ਉਹ ਮਨਾ ਕਰ ਦਿੱਤਾ ਵੀ ਮੈਂ ਮੈਂ ਕਿਹਾ ਮੈਂ ਇਹ ਗਾਣਾ ਨਹੀਂ ਫਿਰ ਕਰਨਾ ਮੈਂ ਇਦਾਂ ਵੀ ਇਸੀ ਤਾਂ ਸ਼ਬਦ ਹੈ ਤੇ ਜਿਹੜਾ ਮੇਨ ਹੈ ਚਲੋ ਕਹਿੰਦਾ ਚਲੋ ਕੋਈ ਗੱਲ ਨਹੀਂ ਚਲੋ ਉਹਨਾਂ ਨੇ ਕੱਢ ਤਾਂ ਹੂੰ ਉਹ ਵੱਡਾ ਬਿਗ ਹਿੱਟ ਹੋ ਗਿਆ ਤੇ ਫਿਰ ਬਾਅਦ ਚ ਉਹਨੂੰ ਫਿਰ ਕਹਿੰਦਾ ਵੀ ਚੋਈ ਤਾਂ ਲਿਖਿਆਣਾ ਹੋਰ ਲਿਆ ਉਹ ਮੈਂ ਕਿਹਾ ਜੀ ਹੁਣ ਉਹ ਤੇ ਕੁਦਰਤੀ ਬਣਦੇ ਨੇ ਗਾਣੇ ਆਹ ਦੇਖ ਲਓ ਕਿ ਰੋ ਇਸ ਉਹ ਹੀ ਹੈ ਨਾ ਕਿ ਉਹ ਚੂ ਚੂ ਨਹੀਂ ਉਹਨੂੰ ਹੀਟ ਕੀਤਾ ਉਹਦੇ ਨਾਲ ਹੀ ਗੀਤ ਬਣਿਆ ਮੇਰੇ ਖਿਆਲ ਦੇ ਵਿੱਚ ਹੈ ਨਾ ਉਹ ਉਹ ਇਸੋਂ ਪਰ ਹਿੱਟ ਸੋਹਣੇ ਸੀ ਗਾਣੇ ਮੈਂ ਤਾਂ ਲੋਕੀ ਗੁਰਦਾਸ ਭਾਜੀ ਇੱਕ ਵਾਰ ਮੈਨੂੰ ਕਹਿੰਦੇ ਸੀਗੇ ਕਹਿੰਦੇ ਯਾਰ ਅਸੀਂ ਵੀ ਪਹਿਲਾਂ ਪਾਉਂਦੇ ਹੁੰਦੇ ਸੀ ਬੋਲੀ ਜਿੱਦਾਂ ਵੀ ਜੁੱਤੀ ਕਰੇ ਮਟਿਆਰ ਦੀ ਚੀਕੂ 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 ਹੁੰਦਾ ਜਿਹੜਾ ਝੋ ਜੋ ਸ਼ਬਦ ਆ ਇਹ ਜਿੰਦ ਸਵਾੜਾ ਜੀ ਦੀ ਕ੍ਰिएशन ਹੈ ਇਹ ਯਾ ਡੈਫੀਨਿਟਲੀ ਇੱਕ ਯੂ نو ਇੱਕ ਤੁਸੀਂ ਉਹਨੂੰ ਸੈਪਰੇਟ ਜਿਆ ਮੇਰੇ ਖਿਆਲ ਇੱਕ ਉਹਨੂੰ ਜਿਹੜਾ ਉਹਨੂੰ ਦਿੱਤਾ ਹਾਲੇ ਵੀ ਹੁਣ ਅਸੀਂ ਵੇਖਦੇ ਹਾਂ ਹੁਣ ਟਿਕਟੌਕ ਵੇਖਦੇ ਹਾਂ ਰੀਲਸ ਵੇਖਦੇ ਹਾਂ ਉਹ ਹਾਲੇ ਵੀ ਚੱਲਦਾ ਆ ਮੈਂ ਕਿਹਾ ਰੋਜ਼ ਮੈਂ ਖੋਲਦਾ ਬਹੁਤ ਸਾਰੀਆਂ ਰੀਲਾਂ ਬਣਦੀਆਂ ਨੇ ਇਸ ਗਾਣੇ ਦੇ ਉੱਤੇ ਤੇ ਜੁੱਤੀ ਦਾ ਕਹਿ ਕੇ ਸੋ ਯੂ نو ਇੱਕ ਤਾਂ ਯੂ نو ਜਿਹੜੀ ਸਾਡੀ ਪੰਜਾਬੀ ਜੁੱਤੀ ਹੈ ਉਹ ਵੀ ਕੈਮ ਰਿਆ ਵੇ ਕਲਚਰਲ ਸ cultural via te commercial via ਤੇ ਨਾਲ ਹੀ ਫਿਰ ਤੁਸੀਂ ਦੇਖ ਲਓ ਪਤਾ ਨਹੀਂ ਜੁੱਤੀਆਂ ਨਾਲ ਕੀ ਪ੍ਰੇਮ ਈ ਆ ਨਾਲ ਹੀ ਜੁੱਤੀ ਤੱਕ ਕੋਈ ਨਾ ਨੰਦ ਨਵਾਸ ਨਹੀਂ ਦਸਵਾੜਾ ਜਿੱਦੋਂ ਮੈਂ ਕਰ ਦਿੰਨਾ ਗਾਣਾ ਮੈਨੂੰ ਤੇ ਅੱਛੇ ਲੱਗਦੇ ਉਹਨੂੰ ਗਾਣੇ ਸੋ ਮੇਰੇ ਦੇਰ ਜੋ ਦਿਲ ਨੂੰ ਚੰਗਾ ਲੱਗਦਾ ਮੈਂ ਉਹ ਕਰ ਲੈਂਦਾ ਸੋ ਮੈਨੂੰ ਚੰਗਾ ਲੱਗਦਾ ਗਾਣੇ ਤੇ ਉਹਨਾਂ ਦੀ ਸ਼ਾਇਰੀ ਮੈਨੂੰ ਬਹੁਤ ਅੱਛੀ ਲੱਗਦੀ ਆ ਜੀ ਤੇ ਮੈਂ ਅੱਜ ਵੀ ਕਹਿਣਾ ਕਿ ਇਹਨਾਂ ਗਾਣੇ ਨਾਲੋਂ ਹੋਰ ਵੀ ਗਾਣੇ ਬਿਗ ਬਹੁਤ ਗਾਣੇ ਵੱਡੇ ਪਏ ਨੇ। Oh yeah definitely. ਲੰਬੇ ਗਾਣੇ। ਪਿੱਛੇ ਤੋਂ ਹਨਾ ਫੈਮਿਨਨ ਸਾਈਡ ਵਾਲੇ ਜਿਹੜੇ ਗਾਣੇ ਮੈਂ ਦੇਖਿਆ ਅੱਜਕੱਲ ਜਿਆਦਾ ਚੱਲਦੇ ਆ। ਜਦੋਂ ਇੱਕ ਲੇਡੀ ਦੇ ਤੌਰ ਤੇ ਇੱਕ ਫੈਮਿਨਨ ਤੌਰ ਤੇ ਤੁਸੀਂ ਗਾ ਰਹੇ ਆ ਹਨਾ ਗੀਤ ਕਿ ਉਹ ਉਹ ਬੜੇ ਚੱਲਦੇ ਆ ਕਿ ਉਹ ਹਰੇਕ ਜਿਹੜੀ ਯੂ ਨੋ ਜਿਹੜੀ ਘਰੇਲੂ ਗੱਲਾਂ ਗਾਣੇ ਦੇ ਵਿੱਚ ਹੁੰਦੀਆਂ ਜਿਹੜੀ ਸਿੰਪਲ ਜੀਆਂ ਗੱਲਾਂ ਹੁੰਦੀਆਂ ਜਿਹੜੇ ਹਰੇਕ ਕੋਈ ਅੰਡਰਸਟੈਂਡ ਕਰ ਸਕਦੇ ਆ ਮੇਰੇ ਖਿਆਲ ਇਹ ਗੀਤਾਂ ਦੇ ਵਿੱਚ ਇਹ ਖਾਸੀਅਤ ਹੁੰਦੀ ਸੀਗੀ। ਕਲਚਰ ਜਿਹੜਾ ਸਾਡਾ ਨਾ ਬਹੁਤ ਅਮੀਰ ਹੈ ਪੰਜਾਬੀ ਕਲਚਰ ਸਾਡਾ ਬਿਲਕੁਲ ਸਾਡਾ ਵਿਰਸਾ ਬਹੁਤ ਰਿਚ ਹੈ ਸੋ ਆਪਾਂ ਆਪਣੇ ਵਿਰਸੇ ਨੂੰ ਜੇ ਉਹਦੇ ਵਿੱਚ ਉਸ ਨੂੰ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਵੇ ਤੇ ਬਹੁਤ ਵੱਡੇ ਗਾਣੇ ਬਣਦੇ ਨੇ ਹਮਮ ਤੇ ਸੋ ਉਹ ਜਿੰਦ ਸਵਾਰਾ ਜੀ ਨੂੰ ਇੱਕ ਤਾਂ ਟੀਚਰ ਸੀਗੇ ਉਹ ਸੋ ਉਹਨਾਂ ਨੇ ਉਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਬਿਆਨ ਕੀਤਾ ਹਰ ਗਾਣੇ ਦੇ ਵਿੱਚ ਸ਼ਬਦਾਂ ਨੂੰ ਬਹੁਤ ਵਧੀਆ-ਵਧੀਆ ਪਰੋਂਦੇ ਸੀਗੇ ਉਹਨਾਂ ਉਹਨਾਂ ਦੇ ਇਤ ਆਪਾਂ ਸਿਫਤ ਕਰਦੇ ਕਰਦੇ ਮੇਰੇ ਖਿਆਲ ਇਹਦੇ ਵਿੱਚ ਤੁਹਾਡਾ ਵੀ ਕਿਤੇ ਨਾ ਕਿਤੇ ਹੱਥ ਆ ਵੀਕਿਉਂਕਿ ਤੁਸੀਂ ਪਛਾਣ ਲੈਂਦੇ ਸੀ ਉਹ ਗੀਤ ਵੀ ਜੇ ਮੈਗ ਆ ਗੀਤ ਗਾਇਆ ਹੈ ਜੇ ਇਹਨੂੰ ਮੈਂ ਰਿਲੀਜ਼ ਕੀਤਾ ਇਹ ਵਾਕਿਆਤ ਪਸੰਦ ਕੀਤਾ ਜਾਊਗਾ ਉਹਨਾਂ ਵਰਗਾ ਹਾਂ ਯਾ ਉਹ ਲਿਖਦੇ ਸੀ ਜਦੋਂ ਨਾ ਮੈਨੂੰ ਮੁੱਖ ਰੱਖ ਕੇ ਪਤਾ ਨਹੀਂ ਜਾ ਉਹਨਾਂ ਦੇ ਜਹਨ ਚਿੱਤਾਂ ਬਹਿ ਗਿਆ ਸੀ ਕਿਵੇਂ ਉਹ ਉਹਨਾਂ ਦੇ ਗਾਣੇ ਮੈਨੂੰ ਫਿੱਟ ਬਹੁਤ ਆਉਂਦੇ ਸੀਗੇ ਬਹੁਤ ਜ਼ਿਆਦਾ ਤੇ ਜਿੰਨੇ ਵੀ ਗਾਇਦ ਮੈਂ ਉਹ ਵੀ ਦੱਸਿਆ ਤੁਹਾਨੂੰ ਕਿ ਸਾਰੇ ਸੋਪਰ ਹਟ ਗਏ ਨੇ ਅਸੀਂ ਇਹਨਾਂ ਨੂੰ ਸ਼ੁਕਰ ਕਰਦੇ ਕਿ ਹੋਰ ਵੀ ਤੁਹਾਡੇ ਕੋਲ ਉਹਨਾਂ ਦੇ ਗੀਤ ਜਿਹੜੇ ਲਿਖੇ ਹੋਏ ਆ ਤੁਹਾਡੇ ਕੋਲ ਹਜੇ ਪਏ ਆ ਬਿਕਾਜ਼ ਯੂ نو ਸਨੁ ਤੇ ਹੀ ਡਾਰੇ ਆ ਵੀ ਜਦੋਂ ਯੂ نو ਇਦਾਂ ਕੋਈ ਇਨਸਾਨ ਦੁਨੀਆ ਤੋਂ ਚਲ ਜਾਂਦਾ ਵੀ ਸ਼ਾਤ ਉਥੇ ਯੂ نو ਇਹ ਗੀਤਾਂ ਦੀ ਯੂ نو ਬੁਨਿਆਦ ਨਾ ਕਿਤੇ ਮੁੱਕ ਜਾਵੇ ਰਾਈਟ ਦੁਨੀਆ ਵੀ ਤਰ੍ਹਾਂ ਦੇ ਸਾਡੇ ਜੋ ਗਾਇਨੇ ਮੈਂ ਉਹਨਾਂ ਨੂੰ ਜ਼ਿੰਦਾ ਰੱਖੂੰਗਾ ਆਪਣੇ ਗਾਇਕ ਗੀਤਾਂ ਰਾਹੀਂ ਔਰ ਬਹੁਤ ਸਾਰੇ ਗੀਤ ਨੇ ਦੋ ਤਾਂ ਮੇਰੇ ਹੁਣੇ ਰਿਲੀਜ਼ ਹੋਣਗੇ ਦੋ ਤਿੰਨ ਗਾਣੇ ਤਾਂ ਜਿਹੜੇ ਬਹੁਤ ਬਿਗ ਵਧੀਆ ਨੇ ਤੁਸੀਂ ਦੇਖਿਓ ਲੋਕੀ ਤੁਹਾਨੂੰ ਦੋ ਅਸੀਂ ਜਨੇ ਵੀ ਸਟੇਲ ਲਿਸਨਰਸ ਨੇ ਅਸੀਂ ਜਰੂਰ ਉਹ ਤੁਹਾਡੇ ਤੋਂ ਪੁੱਛਦੇ ਆ ਪਰ ਵਕਤ ਆ ਕੇ ਇੱਕ ਛੋਟੀ ਜੀ ਬ੍ਰੇਕ ਤਾਂ ਪਰ ਜੇ ਹੁਣ ਅਸੀਂ ਚੂਚੂ ਦਾ ਜ਼ਿਕਰ ਕੀਤਾ ਤੇ ਸਾਡੇ ਸਟੂਡੀਓ ਸਰਜੀਖਾਨ ਜੀ ਆਏ ਹੋਏ ਆ ਤੇ ਫਿਰ ਐਵੇਂ ਕਿਵੇਂ ਹੋ ਗਿਆ ਵੀ ਅਸੀਂ ਤਾਂ ਉਹ ਨਾ ਗੀਤ ਸੁਣੀਏ ਯਾਦ ਮਨ ਦੀ ਯਾਦ ਨਾ ਕੋਈ and it's all about the juju at the juju studio de vich ho rahi hai with the one the only sir ji khan ta dasan ta fir to swagat hai shere punjab am 600 ji thank you thank you ki bari fir toda vi ji so apa break to pehla gal karde si ki sada jada punjabi sabhyachar bada ameer ya sada virsa bada rich ya te tusi ede vich ek bohot vadda hissa paya hoya innu zinda rakhn da te ਕੀ ਚੀਜ਼ਾਂ ਜਿਹੜੀਆਂ ਸਾਡੀਆਂ ਸਾਡੀ ਮਾਂ ਬੋਲੀ ਤੋਂ ਸਾਡੇ ਸਭਿਆਚਾਰ ਤੋਂ ਡਿਸਪੀਅਰ ਹੋ ਰਹੀਆਂ ਹੌਲੀ-ਹੌਲੀ ਜਿੱਦਾਂ ਕਿ ਲੋਕਤਾਤ ਬੜਾ ਇਹ ਅਸੀਂ ਹੁਣ ਕਦੀ-ਕਦੀ ਸਾਨੂੰ ਵੇਲਾ-ਵੇਲਾ ਇਹ ਸੁਣਨ ਨੂੰ ਮਿਲਦਾ ਤੇ ਤੁਸੀਂ ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਇੱਕ ਨਵਾਂ ਰੂਪ ਇਹੋ ਚੀਜ਼ਾਂ ਨੂੰ ਦਿੰਦੇ ਆ ਤੇ ਇੱਕ ਜਿਹੜਾ ਤੁਹਾਡਾ ਗੀਤ ਆਇਆ ਸੀ ਹਿੱਲਾ ਆ ਬੜਾ ਮਸ਼ਹੂਰ ਹੋਇਆ ਤੇ ਤੁਸੀਂ ਇਹਨੂੰ ਇੱਕ ਵੱਖਰੀ ਪਛਾਣ ਦਿੱਤੀ ਸੀ ਸੋ ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਤੇ ਬਾਕੀ ਇਹ ਕਿ ਜਿਹੜੀ ਇਹ ਚੀਜ਼ਾਂ ਸਾਡੇ ਅੱਜਕੱਲ ਸਭਿਆਚਾਰ ਦੇ ਵਿੱਚ ਹੌਲੀ-ਹੌਲੀ ਗਾਇਬ ਹੋਈ ਜਾਂਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਬਸ ਇਹ ਤਾਂ ਮੈਂ ਕਹੂੰਗਾ ਜੀ ਕਿ ਬਦਕਿਸਮਤੀ ਹੋਈ ਹੈ ਹਮ ਹਮ ਕਿਉਂਕਿ ਗਾਇਬ ਹੋਣੀ ਚਾਹੀਦੀ ਸਾਡਾ ਵਿਰਸਾ ਬਹੁਤ ਅਮੀਰ ਹੈ ਸੋ ਲੋਕਤੱਤ ਸ਼ਮਸ਼ੇਸੰਦੂ ਬਾਜੀ ਦਾ ਸੀਗਾ ਇਹ ਗਾਣਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਹਿੱਲਾ ਜਿਉਂਦੇ ਜੀ ਹਰ ਬੰਦਾ ਇੱਥੇ 100-100 ਕਰਦਾ ਹਿੱਲਾ ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕਿਆ ਕਿਲਾ ਹੂੰ ਕਹਿੰਦਾ ਜ਼ਿੰਦਗੀ ਦੇ ਸਾਗਰ ਵਿੱਚ ਸਾਰੇ ਲੋਣ ਵਾਂਗਰਾਂ ਖੁਰਗੇ ਸਮੇਂ ਨੂੰ ਜਿਹੜੇ ਬੰਨ ਦਿੰਦੇ ਸੀ ਵਾਰੋ-ਵਾਰੀ ਤੁਰਗੇ ਮਾਨਕ ਜਮਲਾ ਬਿੰਦ ਰਖੀਆ ਚਮਕੀਲਾ ਧਰਤੀ ਉੱਤੇ ਕੋਈ ਵੀ ਪੱਕਾ ਗੱਡ ਨਾ ਸਕਿਆ ਕਿਲਾ ਸੋ ਬਹੁਤ ਖੂਬਸੂਰਤ ਗਾਣਾ ਸੀ ਯਾ ਹਕੀਕਤ ਇਹ ਟ੍ਰੂ ਨੇ ਗੱਲਾਂ ਕਿਤੇ ਨਾ ਕਿਤੇ ਕਰਕੇ ਵੀ ਕਹਿ ਸਕਦੇ ਆ ਕਿ ਵੀ ਅੱਜਕੱਲ ਆ ਜਿਹੜੇ ਕਮਰਸ਼ੀਅਲ ਹਮੇਸ਼ਾ ਬੰਦਾ बिजनेਸਮੈਨ ਆ ਕੋਈ ਵੀ ਆ ਨਾ ਉਹ ਚਾਹੁੰਦਾ ਕਿ ਇਦਾਂ ਦੇ ਜਿਹੜਾ ਹਿੱਲ ਮੇਰਾ ਬਹੁਤ ਖੂਬਸੂਰਤ ਗਾਣਾ ਮੈਂ ਕਈ ਵਾਰ ਰੇਡੀਓ ਤੇ ਦੇਖਿਆ ਕਾਫੀ ਹੋਰ ਪਲੇ ਵੀ ਹੁੰਦਾ ਹਾਂਜੀ ਬਟ 19 ਦੀ ਹਾਈਪ ਨਹੀਂ ਮਿਲੀ ਇਸ ਗਾਣੇ ਨੂੰ ਜਿੰਨੀ ਮਿਲਣੀ ਚਾਹੀਦੀ ਸੀ ਜਾਂ ਮੈਂ ਭਗਤ ਸਿੰਘ ਦਾ ਗਾਣਾ ਗਾਇਆ ਉਹਨੂੰ ਵੀ ਨਹੀਂ ਮਿਲੀ ਹਾਈਪ ਸੋ ਕਿਤਨਾ ਕਿਤੇ ਜਾ ਕੇ ਫਿਰ ਉਹ ਜਦੋਂ ਆਪਾਂ ਗਾਣੇ ਗਾਣੇ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਉਹ 10 25 30 ਮਿਲੀਅਨ ਹੋ ਗਿਆ ਜੀ ਸੋ ਇਸ ਕਰਕੇ ਫਿਰ ਲੱਗਦਾ ਕਿ ਫਿਰ ਰਾਈਟਰ ਵੀ ਤੇ ਸਿੰਗਰ ਵੀ ਦਾ ਚਗਾ तकरीबन ਫਿਰ ਉਹ ਸੋਚਦਾ ਵੀ ਯਾਰ ਇਦਾਂ ਦਾ ਵੀ ਮੈਂ ਕਰਾਂ ਫਿਰ ਗਾਣਾ ਹੈ ਨਾ ਹਾਂ ਫਿਰ ਉਹ ਢੇੜੀ ਟਾ ਕੇ ਬਹਿ ਜਾਂਦੇ ਵੀ ਇਦਾਂ ਦੀ ਯੂ نو ਯਾ ਫਿਰ ਉਹ ਵੀ ਗੱਲ ਹੈ ਸੋ ਸਰੋਤੇ ਵੀ ਥੋੜਾ ਜਿਗ ਜਦੋਂ ਇਦਾਂ ਦੇ ਗਾਣਿਆਂ ਨੇ ਅਪਰੀਸ਼ੀਏਟ ਕਰਨ ਨੇ ਯਾਨੀ ਉਹ ਸਰੋਤਿਆਂ ਦਾ ਵੀ ਸਾਡੇ ਲਿਸਨਰਸ ਦਾ ਵੀ ਜਿਹੜੇ ਤੁਹਾਡੇ ਫੈਨਸ ਨੇ ਸਾਡੇ ਵੀ ਫਰਜ਼ ਬਣਦਾ ਕਿ ਅਸੀਂ ਜਿਹੜੀ ਸਾਫ ਸੁਥਰੀ ਗਾਇਕੀ ਨੂੰ ਪ੍ਰੋਮੋਟ ਕਰੀਏ ਅਸੀਂ ਸੁਣੀਏ ਹੈ ਨਾ ਬਿਲਕੁਲ ਬਿਲਕੁਲ ਯਾ ਡੈਫੀਨਿਟਲੀ ਤੁਸੀਂ ਯੂ نو ਇੱਕ ਸਿੰਗਰ ਦੇ ਤੌਰ ਤੇ ਤੁਹਾਡੀ ਇੱਕ ਜ਼ਿੰਮੇਵਾਰੀ ਹੈਗੀ ਤੁਹਾਡੀ ਦੁਨੀਆ ਤੁਹਾਨੂੰ ਬਹੁਤ ਫਾਲੋ ਕਰਦੀ ਆ ਜੋ ਤੁਸੀਂ ਕਹਿੰਦੇ ਆ ਉਦਹੀਂ ਮੰਨ ਜਾਂਦੇ ਆ ਹੈ ਨਾ ਜੋ ਹੁੰਦਾ ਤੇ ਕਿ ਕਈ ਗੀਤਾਂ ਦੇ ਵਿੱਚ ਮੈਂ ਵੇਖਿਆ ਤੁਹਾਡੇ ਕਿ ਗੀਤਾਂ ਚ ਨਹੀਂ ਕਾਫੀ ਗੀਤਾਂ ਦੇ ਵਿੱਚ ਤੁਹਾਡੇ ਹਮੇਸ਼ਾ ਇੱਕ ਸੋਸ਼ਲ ਮੈਸੇਜ ਹੁੰਦਾ ਆ ਮੈਨੂੰ ਯਾਦ ਹੈ ਕਿ ਆਪਾਂ ਇੱਕ ਇੰਟਰਵਿਊ ਦੇ ਵਿੱਚ 6 ਸਾਲ ਪਹਿਲਾਂ ਤੁਸੀਂ ਮੈਨੂੰ ਇੱਕ ਗੀਤ ਸੁਣਾਇਆ ਸੀਗਾ ਤੇ ਉਹਦੇ ਵਿੱਚ ਯੂ نو ਅੱਜ ਵੀ ਉਹ ਹਜੇ ਸਾਡੇ ਸਮਾਜ ਦੇ ਉਹ ਗੀਤ ਟੁੱਕਦਾ ਉਹਦੇ ਜਿਹੜੀ ਲਿਰਿਕਸ ਹੈਗੇ ਆ ਤੇ ਉਦੋਂ ਆਈ ਥਿੰਕ ਇਹ ਜਿਹੜੇ ਸਮੱਸਿਆਾਂ ਦੀ ਇਸ ਸਮੱਸਿਆ ਸੀ ਕਿ ਉਦੋਂ ਸ਼ੁਰੂਆਤ ਹੋਈ ਸੀ ਇਹ ਵੀ ਸ਼ਮਸ਼ੇਰ ਸੰਧੂ ਜੀ ਦਾ ਲਿਖਿਆ ਹੋਇਆ ਗੀਤ ਆ ਤੇ ਗੀਤ ਵਿੱਚ ਹਕੀਕਤ ਆ ਕਿ ਜਿਹੜੇ ਸਾਡੇ ਪਹਿਲਾ ਜਿਹੜੇ ਜੱਟ ਚੱਟ ਹੁੰਦੇ ਸੀਗੇ ਹਨਾ ਤੇ ਉਹ ਪਹਿਲੇ ਵਾਲੇ ਨਹੀਂ ਰਹੇ ਹਨਾ ਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਮੈਨੂੰ ਉਹ ਹੀ ਗੱਲ ਸਮਝਾਈ ਸੀ ਕਿ ਯੂ نو ਅੱਜ ਕੱਲ ਦੇ ਹੁਣ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਅੱਜ ਕੱਲ ਜਿਹੜੇ ਗੀਤ ਆ ਤੁਸੀਂ ਵੈਲੀ ਬਣਾ ਲੋ ਨਸ਼ਿਆਂ ਦੇ ਉੱਤੇ ਹਥਿਆਰਾਂ ਦੇ ਉੱਤੇ ਜਦੋਂ ਯੂ نو ਵੈਲੀ ਬਣਦੇ ਉਹ ਬੜੇ ਮਕਬੂਲ ਹੁੰਦੇ ਆ ਸਾਡੀ ਯੰਗ ਜਨਰੇਸ਼ਨ ਵੀ ਲਾਈਕ ਕਰਦੀ ਨਵੀਂ ਵੀ ਯੂ نو 올ਡਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਮਕਬੂਲ ਹੀ ਕਰਦੇ ਯੂ نو ਚੀਜ਼ਾਂ ਪਰ ਇਹ ਜਿਹੜੇ ਗੀਤ ਆ ਯੂ نو ਇਹ ਅਸਲੀ ਤਸਵੀਰ ਜਿਹੜੇ ਆ ਯੂ نو ਜਿਹੜੀ ਹੁਣ ਹੈਗੀ ਪੰਜਾਬ ਦੀ ਉਹ ਦਿਖਾਉਂਦੇ ਆ ਪਰ ਜਿਹੜੇ ਦੇ ਗੀਤਿਆ ਤੁਸੀਂ ਉਹ 6 ਸਾਲ ਪਹਿਲਾਂ ਵੀ ਇਹ ਤੁਸੀਂ ਪ੍ਰੋਡਕਟ ਕੀਤਾ ਸੀ ਗੀਤਾਂ ਦੇ ਵਿੱਚ ਤੇ ਹਾਲੇ ਵੀ ਉਹ ਗੱਲ ਜਾਇਜ਼ ਆ ਸੋ ਕੀ ਤੁਹਾਨੂੰ ਲੱਗਦਾ ਕਿ ਜਦੋਂ ਇੱਕ ਵਾਰੀ ਸਾਨੂੰ ਪੰਜਾਬ ਨੂੰ ਅਸੀਂ ਸੋਨੇ ਦੀ ਜਿੜੀ ਕਹਿੰਦੇ ਹੁੰਦੇ ਸੀਗਾ ਹੈਨਾ ਇਹ ਜਿਹੜਾ ਇਹ ਗੀਤ ਸੀਗਾ ਹਾਲੇ ਵੀ ਉਹ ਟੁੱਕਦਾ ਆ ਦੇਖ ਲਓ ਬਿਲਕੁਲ ਜੀ ਬਿਲਕੁਲ ਜਿਹੜਾ ਕਲਚਰਲ Song ਹੈ ਜੀ ਸਚਾਈ ਹੁੰਦੀ ਹੈ ਨਾ ਉਹ ਕਦੇ ਨਹੀਂ ਮਰਦੀ ਹੁੰਦੀ ਹੂੰ ਝੂਠ ਹਮੇਸ਼ਾ ਝੂਠ ਦੇ ਪੈਰ ਨਹੀਂ ਹੁੰਦੇ ਸਚਾਈ ਕਦੇ ਮਰਦੀ ਨਹੀਂ ਹੁੰਦੀ ਸੋ ਇਹ ਗਾਣੇ ਦੀ ਲਾਈ ਬਹੁਤ ਵੱਡੀ ਹੈ ਤੇ ਸਦਾ ਤੱਕ ਰਹਿਣੀ ਹੈ ਜਿਹੜੇ ਦੂਜੇ ਗਾਣੇ ਹੁੰਦੇ ਨੇ ਭਾਵੇਂ ਮੈਂ ਵੀ ਗਾਣੇ ਗਾਏ ਨੇ ਵਿਚਨ ਬਹੁਤ ਸਾਰੇ ਗਾਏ ਨੇ ਉਹ ਥੋੜੇ ਟਾਈਮ ਲਈ ਗਾਣੇ ਹੁੰਦੇ ਨੇ ਸੋ ਮੈਂ ਮੈਂ ਪਰ ਮੈਂ ਇਹ ਸੋਚਦਾ ਕਿ ਪੰਜਾਬ ਦਾ ਜਿਹੜਾ ਖੂਨ ਆ ਜੋ ਸ਼ੇਲਾ ਕਿਉਂਕਿ ਜਿੱਦਾਂ ਕੁਰਬਾਨੀਆਂ ਹੋਈਆਂ ਨੇ ਸਾਰੀਆਂ ਪੰਜਾਬੀਆਂ ਨੇ ਬਹੁਤ ਦਿੱਤੀਆਂ ਹਨ ਸੋ ਨੋ ਡਾਊਟ ਆ ਕਿ ਪਨੂਨਾ ਉਹ ਸ਼ੋਲੇ ਵੀ ਗਾਉਣੇ ਚਾਹੀਦੇ ਮੈਂ ਗਾਏ ਵੀ ਆ ਮੈਂ ਗਾ ਵੀ ਰਿਹਾ ਬਲੱਡ ਸਾਡਾ ਗਰਮ ਹੈ ਖੂਨ ਪੰਜਾਬੀਆਂ ਦਾ ਜੀ ਬਟ ਫਿਰ ਵੀ ਕਲਚਰ ਜਿਆਦਾ ਹੋਣਾ ਚਾਹੀਦਾ ਸੋ ਕਲਚਰਲ ਵੀ ਹੋਣਾ ਚਾਹੀਦਾ ਤੇ ਜਿੱਦਾਂ ਭਗ ਸਿੰਘ ਹੋਰਾਂ ਨੇ ਨਾ ਜੋ ਬੇਨਾ ਕਿਤੇ ਗੱਲਾਂ ਬਾਤਾਂ ਨਾਲ ਵੀ ਨਹੀਂ ਕਈ ਵਾਰ ਹੈਨਾ ਮਸਲੇ ਹੱਲ ਹੁੰਦੇ ਸੋ ਹਮੇਸ਼ਾ ਪੰਜਾਬ ਬਾਰਡਰ ਸਟੇਟ ਹੈ ਸੋ ਜਿੰਨਾ ਵੀ ਕਦੇ ਇੰਡੀਆ ਦੇ ਉੱਤੇ ਕੋਈ ਵੀ ਕੋ ਪ੍ਰੋਬਲਮ ਆਈ ਆ ਤਾਂ ਸਭ ਤੋਂ ਪਹਿਲਾਂ ਹਿੱਕਾ ਪੰਜਾਬੀਆਂ ਨੇ ਤਾਣੀਆਂ ਨੇ ਮੋੜੇ ਹੈਨਾ ਬਹੁਤਾ ਆਪਣੇ ਪਤਾ ਹੀ ਆ ਹਾਂ ਜੀ ਹਮੇਸ਼ਾ ਫੋਰਫੈਕਟ ਗਾਣੇ ਵੀ ਇਸੇ ਕਰਕੇ ਗਾਉਂਦੇ ਆ ਜੋ ਵੀ ਆ ਪਰ ਥੋੜਾ ਜਿਹਾਕ ਜਿਆਦਾ ਬਦਨਾਮ ਵੀ ਕਰ ਦਨੇ ਆ ਸਿੰਗਰਾਂ ਨੂੰ ਤੋਂ ਇਦਾਂ ਹੋਣਾ ਨਹੀਂ ਚਾਹੀਦਾ ਸਰੋਤੇ ਨੂੰ ਵੀ ਚੰਗੇ ਗਾਣੇ ਵੀ ਆਣ ਮੈਂ ਸਾਰੇ ਤਰ੍ਹਾਂ ਦੇ ਗਾਣੇ ਗਾਉਣਾ ਸੋ ਹਰ ਗਾਣੇ ਨੂੰ ਪਿਆਰ ਮੁਹੱਬਤ ਉਦਾਂ ਹੀ ਮਿਲਣੀ ਚਾਹੀਦੀ ਸੋ ਮੇਰੇ ਕਹਿਣ ਦਾ ਪਾਵੇ ਆ ਸੋ ਪਹਿਲਾ ਜੱਟ ਕੀ ਹੁੰਦੇ ਸੀਗੇ ਪਹਿਲਾ ਜੱਟ ਹੁੰਦੇ ਸੀ ਚਟਾਨ ਵਰਗੇ ਨਸ਼ਿਆਂ ਨੇ ਕਰਤੇ ਕਮਾਨ ਵਰਗੇ ਹਾਂਜੀ ਤੇ ਸ਼ਮਸ਼ੇ ਸੰਧੂ ਪਾਜੀ ਨੇ ਲਿਖਿਆ ਸੀ ਜੱਟਾਂ ਵਾਲਾ ਗਾਣਾ ਜੱਟਾਂ ਦੇ ਆ ਮੁੰਡੇ ਆ ਉਹਦੇ ਵਿੱਚ ਮਿੱਤਰੋ ਪਹਿਲਾਂ ਵਾਲੀ ਪਹਿਲਾਂ ਵਾਲੀ ਗੱਲ ਨਾ ਰਹੀ ਹੈ ਨਾ ਸੋ ਇਹ ਫਿਰ ਗੱਲਾਂ ਤਾਂ ਹੀ ਬਣਦੀਆਂ ਨੇ ਕਿਉਂਕਿ ਜੋ ਦੌਰ ਵਗ ਰਹੇ ਆ ਕਈ ਵਾਰੀ ਗਾਣੇ ਦੇ ਵਿੱਚ ਥੋੜਾ ਜਿਹਾ ਸ਼ਾਇਰ ਚੜਾ ਕੇ ਵੀ ਲਿਖ ਦਿੰਦਾ ਤਾਰੀਫ ਹੈ ਨਾ ਉਹ ਫਿਰ ਕਈ ਵਾਰੀ ਖਰਾਬ ਕਰ ਦਿੰਦੀ ਹੈ ਸੋ ਅਸਲੀ ਤਸਵੀਰ ਜਿਹੜੀ ਤਸਵੀਰ ਤਸਵੀਰ ਸੀਗੀ ਪੰਸੰਧੂ ਪਾਜੀ ਬਹੁਤ ਸੁੱਲਝੀ ਹੋਈ ਨੇ ਉਹ ਵੀ ਤੇ ਉਹਨਾਂ ਨੇ ਬੜਾ ਵਧੀਆ ਲਿਖਿਆ ਸੀਗਾ ਪਹਿਲਾਂ ਜੱਟ ਹੁੰਦੇ ਸੀ ਚਟਾਨ ਵਰਗੇ ਨਸ਼ੀਆਂ ਨੇ ਕਰਤੇ ਕਮਾਨ ਵਰਗੇ ਹੈ ਨਾ ਵੀ ਜੱਟਾਂ ਦੇ ਆ ਮੁੰਡੇ ਤੇ ਅੱਜ ਤੇ ਪਹਿਲੇ ਜੱਟਾਂ ਦੀ ਦੀ ਗੱਲ ਕੀਤੀ ਸੀ ਉਹਨਾਂ ਨੇ ਵੀ ਅੱਜ ਜੱਟਾਂ ਦੇ ਆ ਮੁੰਡੇ ਅੱਜ ਮਿੱਤ ਜਮਸੂਨ ਜਟੋ ਵੀ ਪਹਿਲਾਂ ਵਾਲੀ ਪਹਿਲਾਂ ਵਾਲੀ ਗੱਲ ਨਾ ਰਹੀ ਯਾਰ ਜੀ ਜੀ ਇਸ ਕਰਕੇ ਇਦਾਂ ਦਾ ਸੀਗਾ ਗਾਣਾ ਬਹੁਤ ਪਰ ਦੁੱਖ ਹੁੰਦਾ ਜਦੋਂ ਕਿ ਇਦਾਂ ਦੇ ਗਾਣਿਆਂ ਨੂੰ ਫਿਰ ਉਹਨਾਂ ਸਨਮਾਨ ਨਹੀਂ ਮਿਲਦਾ ਹੂੰ ਹੂੰ ਫਿਰ ਫਿਰ ਮੁਸ਼ਕਲ ਲੱਗਦਾ ਮੈਂ ਅਮਰਤ ਪ੍ਰਚਾਰ ਟੇਪ ਕੀਤੀ ਸੀ ਧਾਰਮਿਕ ਬਹੁਤ ساری ਹੂੰ ਹੂੰ ਸੋ ਉਹ ਤਾਂ ਬਹੁਤ ਜ਼ਿਆਦਾ ਮੈਨੂੰ ਬਹੁਤ ਸਾਰੇ ਚੰਗੇ ਚੰਗੇ ਰਾਗੀਆਂ ਦੇ ਜਾਂ ਜਾਥੇਦਾਰਾਂ ਦੇ ਫੋਨ ਵੀ ਆਏ ਨੇ ਅੱਛਾ ਹਾਂ ਕਿ ਬਹੁਤ ਅੱਛਾ ਕੀਤਾ ਤੁਸੀਂ ਪਰ ਆਮ ਨਹੀਂ ਲੋਕਾਂ ਨੇ ਜਿਆਦਾ ਉਹਨਾਂ ਰਿਸਪਾਂਸ ਨਹੀਂ ਮਿਲਿਆ ਅਮਰਤ ਅਮਰਤ ਪ੍ਰਚਾਰ ਹੈ ਕਿ ਇੱਕ ਬੱਚਾ ਇੱਥੇ ਕੈਨੇਡਾ ਹੁੰਦਾ ਜਾਂ ਕਿਸੇ ਵੀ ਕੰਟਰੀ ਚ ਹੁੰਦਾ ਪੰਜਾਬ ਤੋਂ ਵੀ ਉਹ ਉਹਨੂੰ ਆਪਣੇ ਕਲਚਰ ਬਾਰੇ ਘੱਟ ਨੌਲੇਜ ਹੁੰਦੀ ਕਿਉਂਕਿ ਇੱਧਰ ਦਾ ਮਾਹੌਲ ਤੇ ਜਿਆਦਾ ਭਾਰੂ ਹੁੰਦਾ ਜੀ ਸੋ ਫਿਰ ਉਹਦੇ ਉਹ ਕਹਿੰਦੇ ਵੀ ਤੂੰ ਗੁਰਦੁਆਰੇ ਚੱਲ ਇੱਕ ਵਾਰੀ ਗੁਰੂ ਘਰ ਚੱਲਣਾ ਉਹ ਬੱਚਾ ਕਹਿੰਦਾ ਮੈਂ ਨਹੀਂ ਜਾਂਦਾ ਮੈਨੂੰ ਕੀ ਕੀ ਹੁੰਦਾ ਉੱਥੇ ਕੁਝ ਵੀ ਨਹੀਂ ਹੈ ਨਾ ਇਦਾਂ ਦੀ ਗੱਲਾਂ ਕਰਦਾ ਉਹ ਦਿਖਾਇਆ ਹੋਇਆ ਸਾਰਾ ਜੀ ਅਮਰਤ ਪ੍ਰਚਾਰ ਆ ਮੇਰੀ ਟੇਪ ਜੇ ਕੋਈ ਤੈਨੂੰ ਪਤਾ ਲੱਗੂਗਾ ਤੇ ਫਿਰ ਉਹ ਜਾਂਦਾ ਮੈਂ ਘੱਟ ਥੋੜਾ ਜਿਹਾ ਦੱਸਦਾ ਮੈਂ ਤੁਹਾਨੂੰ ਤੇ ਫਿਰ ਬੱਚਾ ਜਾਂਦਾ ਉੱਥੇ ਗੁਰਦੁਆਰੇ ਜਾ ਕੇ ਜਾਂਦਾ ਕਿ ਅ ਪ੍ਰਚਾਰਕ ਜਦੋਂ ਆਪਾਂ ਉਹ ਦਸਤਰਾਂ ਆਉਂਦਾ ਵੀ ਇਦਾਂ ਦਾ ਸ਼ੀਰ ਦੀਆਂ ਹੋਈਆਂ ਇਹ ਕੀਤਾ ਤੇ ਐਂਡ ਦੇ ਵਿੱਚ ਬੱਚਾ ਇੰਨਾ ਵਿੱਚ ਵਿੱਚ ਗਾਣੇ ਚੱਲਦੇ ਨੇ ਤੇ ਫਿਰ ਐਂਡ ਦੇ ਤੇ ਉਹ ਨਿਕਲਦਾ ਜਾ ਕੇ ਮਾਰ ਲਉਦਾ ਇਹ ਹੈ ਕਿ ਵੀ ਬੱਚਾ ਇੰਨਾ ਪ੍ਰਭਾਵਿਤ ਹੋ ਜਾਂਦਾ ਉਹਦਾ ਸੁਣ ਕੇ ਪ੍ਰਵਚਨ ਸੁਣ ਕੇ ਤੇ ਫਿਰ ਉਹ ਕਹਿੰਦਾ ਵੀ ਮੈਨੂੰ ਹੁਣੇ ਰਾਈਟ ਵੇ ਇਸੇ ਟਾਈਮ ਐ ਸਿੰਘ ਸਜਣਾ ਅਮਰਿਤ ਚਕਣਾ ਬਿਊਟੀਫੁੱਲ ਸੋ ਯਾ ਇਦਾਂ ਦੇ ਮੈਸੇਜ ਮੈਨੂੰ ਤਾਂ ਮੈਸੇਜ ਤੁਹਾਡੇ ਹਮੇਸ਼ਾ ਹੁੰਦੇ ਆ ਬੜਾ ਲੱਗਦੀ ਕਿ ਬਣਾ ਟੈਲੀ ਫਿਲਮ ਹੈ ਸੋ ਫਿਲਮ ਬਣਾਉਂਦੇ ਪਰ ਜਦੋਂ ਦੁੱਖ ਹੁੰਦਾ ਫਿਰ ਜਦੋਂ ਇਦਾਂ ਦੇ ਗਾਣੇ ਚੀਜ਼ੇ ਨੂੰ ਆਪਾਂ ਬਹੁਤ ਮਿਹਨਤ ਨਾਲ ਬਣਾਉਂਦੇ ਆ ਤੇ ਰਿਸਪੌਂਸ ਨਹੀਂ ਮਿਲਦਾ ਫਿਰ ਕਿਤੇ ਨਾ ਕਿਤੇ ਜਾ ਕੇ ਫਿਰ ਸਾਨੂੰ ਵੀ ਦੇਖਿਆ ਤਾਂ ਅਸੀਂ ਕਮਰਸ਼ੀਅਲ ਹੁਣ ਹੋਰ ਤਾਂ ਕੰਮ ਕਰਦੇ ਨਹੀਂ ਜੀ ਤੁਹਾਡੀ ਕਮਾਈ ਹੈ ਹਾਂ ਤਾਂ ਸਾਨੂੰ ਵੀ ਕਿਈ ਨਾ ਕਿਤੇ ਨਾ ਕਿਤੇ ਜਾ ਕੇ ਫਿਰ ਕਰਨਾ ਪੈਂਦਾ ਪਰ ਮੈਨੂੰ ਚੰਗਾ ਲੱਗਦਾ ਪਰ ਮੈਂ ਇਦਾਂ ਦੇ ਗ ਜਦੋਂ ਗਾਦਨਾ ਪਰ ਮੈਨੂੰ ਇਦਾਂ ਲੱਗਦਾ ਮੇਰੀ ਜਰਨੀ ਦੇ ਵਿੱਚ ਇਹ ਚੀਜ਼ਾਂ ਜੁੜ ਗਈਆਂ ਹਮਮ ਸੋ ਮੈਂ ਇਸ ਚੀਜ਼ ਦਾ ਪ੍ਰਾਊਡ ਵੀ ਕਰਦਾ ਹਾਂ ਤੇ ਤੁਸੀਂ ਉਹਨਾਂ ਨੂੰ ਨਾਮ ਨਾ ਰੱਖ ਹਮੇਸ਼ਾ ਤੁਸੀਂ ਰੱਖਦੇ ਆ ਯਾ ਯਾ ਤੇ ਜਿਹੜੇ ਤੁਹਾਡੇ ਡਾਈ ਹਾਰਡ ਫੈਨਸ ਨੇ ਮੇਰੇ ਕੈਲ ਉਹ ਚੀਜ਼ ਉਹਨਾਂ ਨੇ ਦੇਖਤੀ ਵੀ ਹੈ ਤੇ ਉਹਨਾਂ ਨੇ ਤਾਂ ਜੋ ਮਰਜੀ ਤੁਸੀਂ ਰਿਲੀਜ਼ ਕਰੋ ਉਹ ਤਾਂ ਹਮੇਸ਼ਾ ਤੁਹਾਡੇ ਨਾਲ ਜੁੜੇ ਹੋਏ ਆ ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਦ ਬਨ ਦੀ ਓਨਲੀ ਦ ਲੈਜੈਂਡਰੀ ਫੋਲਕ ਸਿੰਗਰ ਸਰਜੀ கான் ਵਕਤ ਆ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬੜੀ ਛੋਟੀ ਬ੍ਰੇਕ ਆ ਸੋ ਤੁਸੀਂ ਇਦਾਂ ਹੀ ਸੁਣਾ ਜਿਹੜੇ ਰਿਹਾ ਉਹ ਵੀ ਰਾਈਟ ਬੈਕ AM 600 ਤੇ ਅੱਜ ਸਾਰਿਆਂ ਤੋਂ ਫੇਰ ਤੋਂ ਸਵਾਗਤ ਹੈ ਮੈਂ ਹਾੜੀ ਆਪਣੀ ਸਕੀ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਹੋਏ ਦੀ ਵਨ ਦੀ ਓਨਲੀ ਫੋਕ ਲੈਜੈਂਡਰੀ ਸਿੰਗਰ ਸਰਜੀਤ ਖਾਨ ਸੋ ਆਲਾ ਪਰਲ ਕੀ ਇਹਨਾਂ ਦਾ ਫੇਰ ਤੋਂ ਸਵਾਗਤ ਕਰੀਏ ਸਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਰੇ ਪੰਜਾਬ ਰੇਡੀਓ ਤੇ ਜੀ ਬਹੁਤ ਬਹੁਤ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਸੋ ਸਰਜੀਤ ਜੀ ਆਪਾਂ ਗੱਲ ਕਰਦੇ ਸੀ ਬ੍ਰੇਕ ਤੋਂ ਪਹਿਲਾਂ ਜਿਹੜੇ ਐਵਰਗ੍ਰੀਨ ਆਪਣੇ ਗੀਤ ਹੁੰਦੇ ਆ ਜਿਹੜੇ ਗੀਤਾਂ ਦੀ ਲੰਬੀ ਉਮਰ ਬੜੀ ਹੁੰਦੀ ਆ ਤੇ ਕਿਹਵਰੀ ਇੱਕ ਗਾਇਕ ਦੇ ਤੌਰ ਤੇ ਆਪਾਂ ਗੀਤ ਆਪਾਂ ਤੁਹਾਡੇ ਕੋਲ ਬੜੇ ਅਤੇ ਹਰੇਕ ਨੂੰ ਹੁੰਦਾ ਕਿ ਸਾਡਾ ਗੀਤ ਸਿਰਜੀਤ ਗਾਵੇ ਸਾਡਾ ਗੀਤ ਸਿਰਜੀ ਖਾਵੇ ਪਰ ਤੁਸੀਂ ਕਿਵਰੇ ਗੀਤ ਹੁੰਦਾ ਹੈ ਤੇ ਐਕਸਪੈਰੀਮੈਂਟ ਉਹਦੀ ਹੁੰਦੀ ਹੈ ਕਿ ਪਤਾ ਨਹੀਂ ਚੱਲੂਗਾ ਕੰਨਾ ਚੱਲੂਗਾ ਦੇਖੀ ਜਾਓ ਹੈਨਾ ਕਿਵਰੇ ਤੁਸੀਂ ਉਹਦੇ ਰੀਲੀਜ਼ ਕਰ ਦਿੰਦੇ ਉਹਦੇ ਤੁਸੀਂ ਛੱਡ ਦਿੰਦੇ ਆ ਪਰ ਇੱਕ ਗੀਤ ਸੀ ਤੁਹਾਡਾ ਜਿਹੜਾ ਮੈਨੂੰ ਲੱਗਦਾ ਹੈ ਤੁਹਾਡਾ ਉਹ ਹਮੇਸ਼ਾ ਐਵਰਗ੍ਰੀਨ ਜਿਹੜਾ ਗੀਤ ਰਹਿਣਾ ਜਿਹੜਾ ਹਾਲੇ ਵੀ ਸਾਡੇ ਜਿਹੜੇ ਯੂ نو ਤੁਸੀਂ ਵੀ ਇਹਦਾ ਜ਼ਿਕਰ ਕੀਤਾ ਸੀ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਪ੍ਰੋਡਿਊਸਰਸ ਆ ਉਹ ਹਾਲੇ ਵੀ ਉਹ ਗੀਤ ਦੇ ਬਹੁਤ ਪਿੱਛੇ ਪਏ ਹੋਏ ਆ ਕਿ ਯੂ نو ਕਿਤੇ ਨਾ ਕਿਤੇ ਅਸੀਂ ਵੀ ਇਹਦੇ ਨਾਲ ਕੋਲਾਬੋਰੇਸ਼ਨ ਕਰਨਾ ਪਰ ਜਿਹੜਾ ਉਹ ਗੀਤ ਦਾ ਜਿਹੜਾ ਮੁਖੜਾ ਆ ਮੈਨੂੰ ਪਤਾ ਉਹਦੇ ਪਿੱਛੇ ਵੀ ਇੱਕ ਸਟੋਰੀ ਹੈਗੀ ਹੈ ਬਿਕਾਜ਼ ਤੁਹਾਨੂੰ ਲੱਗਦਾ ਸੀ ਜਾਂ ਮੇਰਾ ਖਿਆਲ ਜਿਹੜੇ ਜਿਨ੍ਹਾਂ ਨੇ ਪ੍ਰੋਡਿਊਸ ਕੀਤਾ ਵੀ ਉਹਦੇ ਜਿਹੜੇ ਦੋ ਬੋਲ ਹੈਗੇ ਉਹਦਾ ਮੁਖੜਾ ਸ਼ਾਇਦ ਜਿਹੜੇ ਇਦਲੇ ਜੰਪਾਲ ਬੱਚੇ ਆ ਜਾਂ ਜਿਹੜਾ ਯੰਗਰ ਜਨਰੇਸ਼ਨ ਉਹਨੂੰ ਨਾ ਸਮਝੂਗਾ ਇਸ਼ਾਰਾ ਮੇਰਾ ਜਾ ਰਿਹਾ ਚੂ ਚੂ ਵਾਲ ਸੋ ਉਹਦੀ ਸਟੋਰੀ ਦੱਸੋ ਕਿ ਜਦੋਂ ਤੁਸੀਂ ਉਹ ਗੀਤ ਜਦੋਂ ਰਿਕਾਰਡ ਕਰਨ ਲੱਗੇ ਸੀ ਉਹਦੇ ਪਿੱਛੇ ਸਟੋਰੀ ਕੀ ਸੀਗੀ ਆ ਜਦੋਂ ਮਾਸੀ ਨੇ ਗਾਣਾ ਮੰਨ ਜਿੰਨੇ ਸਵਾੜ ਜੀ ਨੇ ਸੁਣਾਇਆ ਸੀਗਾ ਗਾਣਾ ਚੋਤੀ ਚੋਚੂ ਕਰਦੀ ਹੈ ਇਹਦੇ ਚ ਸ਼ਬਦ ਜਿਹੜਾ ਚੋਚੂ ਚੋਚੂ ਸੀ ਮੈਨੂੰ ਲੱਗਦਾ ਸੀ ਬਹੁਤ ਅਟਰੈਕਟਿਵ ਹੈ ਯਾ ਤੇ ਸ਼ਾਇਰੀ ਤਾਂ ਉਹਦੀ ਹਾਈ ਕਮਾਲ ਸੀਗੀ ਜੀ ਤੇ ਜਦੋਂ ਮੈਂ ਗਾਣਾ ਬਣਾਇਆ ਤੇ ਇੰਗਲੈਂਡ ਦੇ ਵਿੱਚ ਰਿਕਾਰਡ ਕੀਤਾ ਰਵੀ ਬੱਲ ਨੇ ਇਸਕਾ ਐਲਬਮ ਹਾਂ ਹਾਂ ਸੋ ਜਦੋਂ ਇਹ ਗਾਣਾ ਹੈਡਲਾਈਨਰ ਐਲਬਮ ਦੇ ਵਿੱਚ ਸੀਗਾ ਹੈਡਲਾਈਨਰ ਐਲਬਮ ਸੀ ਕਿ ਸਾਰੇ ਗਾਣੇ ਹਿੱਟ ਸੀਗੇ ਐਲਬਮ ਵੀ ਹਿੱਟ ਸੀ ਸਾਰੀ ਉਹ ਹੀ ਐਲਬਮ ਪੁਰਾਣੀ ਹੁੰਦੀ ਹੈ ਸੁਰਖੀਆਂ ਚ ਨਾ ਹਨਾ ਮੁੰਡੇ ਚੱਕਣੇ ਨੂੰ ਖੜੇ ਤਿਆਰ ਬਹੁਤ ਸਾਰੇ ਗਾਣੇ ਸੀ ਉਹਦੇ ਤੇ ਜਦੋਂ ਟਰੈਕ ਬਣ ਗਿਆ ਤਾਂ ਪ੍ਰੋਡਿਊਸਰ ਸੀ ਕਿ ਜਿਹੜੇ ਉੱਥੇ ਮੂਵੀ ਬਾਕਸ ਵਾਲੇ ਇੰਗਲੈਂਡ ਦੇ ਵਿੱਚ ਕਮਰਾਨ ਯੈਸ ਤਾਂ ਉਹ ਕਹਿੰਦੇ ਕਹਿੰਦੇ ਯਾਰ ਟਰੈਕ ਵਧੀਆ ਬਣ ਗਿਆ ਵੀ ਇਹ ਗਾਣਾ ਬਹੁਤ ਵੱਡਾ ਬਣ ਗਿਆ ਤੇ ਵੀ ਇਹਦੀ ਵਾਰਡਿੰਗ ਸ਼ਮ ਸਮਝ ਨਹੀਂ ਆਣੀ ਲੋਕਾਂ ਨੂੰ ਇੱਥੇ ਬੋਰਨ ਬੱਚਿਆਂ ਨੂੰ ਚੂੰ ਚੂੰ ਮਿਚੂ ਮਿਚੂ ਕੀ ਹੁੰਦਾ ਹੈ ਨਾ ਅੱਗੇ ਕਦੀ ਸੁਣਿਆ ਨਹੀਂ ਪਾ ਵੀ ਚੇਂਜ ਕਰ ਲਿਆ ਯਾ ਫਿਰ ਮੈਨੂੰ ਲੱਗਿਆ ਤਾਂ ਮੈਂ ਕਿਹਾ ਭਾਜੀ ਜੇ ਇਹ ਕੱਢਣਾ ਵਿੱਚੋਂ ਨਾ ਫਿਰ ਗਾਣਾ ਹੀ ਬੰਦ ਕਰ ਲਓ ਭਾਂ ਘੋਰ ਲੈ ਲਓ ਗਾਣਾ ਅੱਛਾ ਤੁਸੀਂ ਉਹ ਮਨਾਂ ਕਰ ਦਿੱਤਾ ਵੀ ਮੈਂ ਮੈਨੂੰ ਇਹ ਗਾਣਾ ਨਹੀਂ ਫਿਰ ਕਰਨਾ ਮੈਂ ਇਦਾਂ ਵੇਸਟ ਹੀ ਤਾਂ ਸ਼ਬਦ ਹੈ ਤੇ ਜਿਹੜਾ ਮੇਨ ਹੈ ਚਲੋ ਕਹਿੰਦਾ ਚਲੋ ਕੋਈ ਗੱਲ ਨਹੀਂ ਚਲੋ ਉਹਨਾਂ ਨੇ ਕੱਢ ਤਾਂ ਉਹ ਐਡਾ ਬਿੱਗ ਹਿੱਟ ਹੋ ਗਿਆ ਤੇ ਫਿਰ ਬਾਅਦ 'ਚ ਉਹਨੂੰ ਫਿਰ ਕਹਿੰਦਾ ਵੀ ਚੋਈ ਇਦਾਂ ਦਾ ਗਾਣਾ ਹੋਰ ਲਿਆ ਉਹ ਮੈਂ ਕਿਹਾ ਜੀ ਹੁਣ ਉਹ ਕੁਦਰਤੀ ਬਣਦੇ ਨੇ ਗਾਣੇ ਆ ਦੇਖ ਲਓ ਯਰ ਇਸ ਉਹ ਹੀ ਹੈ ਨਾ ਕਿ ਉਹ ਚੂ ਚੂ ਨਹੀਂ ਉਹਨੂੰ ਹੀਟ ਕੀਤਾ ਉਹਦੇ ਨਾਲ ਹੀ ਗੀਤ ਬਣਿਆ ਮੇਰੇ ਖਿਆਲ ਦੇ ਵਿੱਚ ਹੈ ਨਾ ਉਹ ਉਹ ਇਸ ਤੋਂ ਪਰ ਹਿੱਟ ਸੋਹਣਟ ਅਸੀਂ ਵੀ ਪਹਿਲਾਂ ਪਾਉਂਦੇ ਹੁੰਦੇ ਸੀ ਬੋਲੀ ਜਿੱਦਾਂ ਵੀ ਜੁੱਤੀ ਕਰੇ ਮਟਿਆਰ ਦੀ ਚੀਕੂ 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 ਹੁੰਦਾ ਜਿਹੜਾ ਜੋ-ਜੋ ਸ਼ਬਦ ਆ ਇਹ ਜਿੰਦ ਸਵਾੜਾ ਜੀ ਦੀ ਕ੍ਰिएशन ਹੈ ਇਹ ਯਾ ਡੈਫੀਨਿਟਲੀ ਇੱਕ ਯੂ نو ਇੱਕ ਤੁਸੀਂ ਉਹਨੂੰ ਸੈਪਰੇਟ ਜਿਆ ਮੇਰੇ ਖਿਆਲ ਇੱਕ ਉਹਨੂੰ ਜਿਹੜਾ ਉਹਨੂੰ ਦਿੱਤਾ ਹਾਲੇ ਵੀ ਹੁਣ ਅਸੀਂ ਵੇਖਦੇ ਹਾਂ ਹੁਣ ਟਿਕਟੌਕ ਵੇਖਦੇ ਰੀਲਸ ਵੇਖਦੇ ਆ ਉਹ ਹਾਲੇ ਵੀ ਚੱਲਦਾ ਆ ਮੈਂ ਕਿਹਾ ਰੋਜ਼ ਮੈਂ ਖੋਲਦਾ ਬਹੁਤ ਸਾਰੀਆਂ ਰੀਲਾਂ ਬਣਦੀਆਂ ਨੇ ਇਸ ਗਾਣੇ ਦੇ ਉੱਤੇ ਰਾਈਟ ਤੇ ਜੁੱਤੀ ਦਾ ਕਹਿ ਕੇ ਸੋ ਯੂ نو ਇੱਕ ਤਾਂ ਯੂ نو ਜਿਹੜੀ ਸਾਡੀ ਪੰਜਾਬੀ ਜੁੱਤੀ ਹੈ ਉਹ ਵੀ ਕੈਮ ਰਿਹਾ ਵੀ ਕਲ ਕਲਚਰਲ ਵੀ ਆ ਤੇ ਕਮਰਸ਼ੀਅਲ ਵੀ ਆ ਉਹ ਜੋ ਦੋਨੋਂ ਚੀਜ਼ਾਂ ਤੇ ਨਾਲ ਹੀ ਫਿਰ ਤੁਸੀਂ ਦੇਖ ਲਓ ਪਤਾ ਨਹੀਂ ਜੁੱਤੀਆਂ ਨਾਲ ਕੀ ਪ੍ਰੇਮ ਆ ਨਾਲ ਹੀ ਜੁੱਤੀ ਦਾ ਕਸੂਰ ਕੋਈ ਨਾ ਨਾ ਜਿੰਦਰ ਮਾਸਟਰ ਜਿੰਦਰ ਸਵਾਲਾ ਜੀ ਤੋਂ ਮੈਂ ਕਰ ਦਿੰਨਾ ਗਾਣੇ ਬਹੁਤ ਹੀ ਅੱਛੇ ਲੱਗਦੇ ਮੈਨੂੰ ਗਾਣੇ ਸੋ ਮੇਰੇ ਦਿਲ ਨੂੰ ਜੋ ਦਿਲੋਂ ਚੰਗਾ ਲੱਗਦਾ ਮੈਂ ਉਹ ਕਰ ਲੈਂਦਾ ਯਾ ਸੋ ਮੈਨੂੰ ਚੰਗਾ ਲੱਗਦਾ ਗਾਣੇ ਤੇ ਉਹਨਾਂ ਦੀ ਸ਼ਾਇਰੀ ਮੈਨੂੰ ਬਹੁਤ ਅੱਛੀ ਲੱਗਦੀ ਆ ਜੀ ਤੇ ਮੈਂ ਅਜੇ ਵੀ ਕਹਿੰਦਾ ਕਿ ਇਹਨਾਂ ਗਾਣੇ ਨਾਲੋਂ ਹੋਰ ਵੀ ਗਾਣੇ ਬਿਕ ਬਹੁਤ ਗਾਣੇ ਵੱਡੇ ਪਏ ਨੇ। Oh yeah definitely. ਆਹਨੂੰ ਗਾਣੇ। ਪਰ ਜਦੋਂ ਨਾ ਫੈਮਿਨਨ ਸਾਈਡ ਵਾਲੇ ਜਿਹੜੇ ਗਾਣੇ ਮੈਂ ਦੇਖਿਆ ਅੱਜਕੱਲ ਜਿਆਦਾ ਚੱਲਦੇ ਆ। ਜਦੋਂ ਇੱਕ ਲੇਡੀ ਦੇ ਤੌਰ ਤੇ ਇੱਕ ਫੈਮਿਨਨ ਤੌਰ ਤੇ ਤੁਸੀਂ ਗਾ ਰਹੇ ਆ ਹਨਾ ਗੀਤ ਕਿ ਉਹ ਉਹ ਬੜੇ ਚੱਲਦੇ ਆ ਕਿ ਉਹ ਹਰੇਕ ਜਿਹੜੀ ਯੂ ਨੋ ਜਿਹੜੀ ਘਰੇਲੂ ਗੱਲਾਂ ਗਾਣੇ ਦੇ ਵਿੱਚ ਹੁੰਦੀਆਂ ਜਿਹੜੀ ਸਿੰਪਲ ਜੀਆਂ ਗੱਲਾਂ ਹੁੰਦੀਆਂ ਜਿਹੜੇ ਹਰੇਕ ਕੋਈ ਅੰਡਰਸਟੈਂਡ ਕਰ ਸਕਦੇ ਹੋ ਮੇਰੇ ਖਿਆਲ ਇਹ ਗੀਤਾਂ ਦੇ ਵਿੱਚ ਇਹ ਖਾਸੀਅਤ ਹੁੰਦੀ ਸੀਗੀ। ਕਲਚਰ ਜਿਹੜਾ ਸਾਡਾ ਨਾ ਬਹੁਤ ਅਮੀਰ ਹੈ ਪੰਜਾਬੀ ਕਲਚਰ ਬਿਲਕੁਲ ਸਾਡਾ ਵਿਰਸਾ ਬਹੁਤ ਰਿਚ ਹੈ ਸੋ ਆਪਾਂ ਆਪਣੇ ਵਿਰਸੇ ਨੂੰ ਜੇ ਉਹਦੇ ਵਿੱਚ ਉਸ ਨੂੰ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਵੇ ਤੇ ਬਹੁਤ ਵੱਡੇ ਗਾਣੇ ਬਣਦੇ ਨੇ ਹਮਮ ਤੇ ਸੋ ਉਹ ਜਿੰਦ ਸਵਾਰਾ ਜਿਹਨੂੰ ਇੱਕ ਤਾਂ ਟੀਚਰ ਸੀਗੇ ਉਹ ਸੋ ਉਹਨਾਂ ਨੇ ਉਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਬਿਆਨ ਕੀਤਾ ਹਰ ਗਾਣੇ ਦੇ ਵਿੱਚ ਸ਼ਬਦਾਂ ਨੂੰ ਬਹੁਤ ਵਧੀਆ-ਵਧੀਆ ਪਰੋਂਦੇ ਸੀਗੇ ਉਹਨਾਂ ਉਹਨਾਂ ਤੇ ਹੀ ਤਾਂ ਆਪਾਂ ਸਿਫਤ ਕਰਦੇ ਕਰਦੇ ਮੇਰੇ ਖਿਆਲ ਇਹਦੇ ਵਿੱਚ ਤੁਹਾਡਾ ਵੀ ਕਿਤੇ ਨਾ ਕਿਤੇ ਹੱਥ ਆ ਵੀਕਿਉਂਕਿ ਤੁਸੀਂ ਪਛਾਣ ਲੈਂਦੇ ਸੀ ਉਹ ਗੀਤ ਵੀ ਜੇ ਮੈਗ ਆ ਗੀਤ ਗਾਇਆ ਹੈ ਜੇ ਨੂੰ ਮੈਂ ਰਿਲੀਜ਼ ਕੀਤਾ ਇਹ ਵਾਕਿਆਏ ਪਸੰਦ ਕੀਤਾ ਜਾਊਗਾ ਉਹਨਾਂ ਵਰਗਾ ਹਾਇਆ ਉਹ ਲਿਖਦੇ ਸੀ ਜਦੋਂ ਨਾ ਮੈਨੂੰ ਮੁੱਖ ਰੱਖ ਕੇ ਪਤਾ ਨਹੀਂ ਜਾ ਉਹਨਾਂ ਦੇ ਜ਼ਿਹਨ ਚ ਇਦਾਂ ਬਹਿਗਾ ਸੀ ਕਿਵੇਂ ਉਹ ਉਹਨਾਂ ਦੇ ਗਾਣੇ ਮੈਨੂੰ ਫਿੱਟ ਬਹੁਤ ਆਉਂਦੇ ਸੀਗੇ ਬਹੁਤ ਜ਼ਿਆਦਾ ਤੇ ਜਿੰਨੇ ਵੀ ਗਾਇਕ ਮੈਂ ਉਹ ਵੀ ਦੱਸਿਆ ਤੁਹਾਨੂੰ ਕਿ ਸਾਰੇ ਸੁਪਰ ਹਟ ਗਏ ਨੇ ਅਸੀਂ ਇਹਨਾਂ ਸ਼ੁਕਰ ਕਰਦੇ ਕਿ ਹੋਰ ਵੀ ਤੁਹਾਡੇ ਕੋਲ ਉਹਨਾਂ ਦੇ ਗੀਤ ਜਿਹੜੇ ਲਿਖੇ ਹੋਏ ਆ ਤੁਹਾਡੇ ਕੋਲ ਹਜੇ ਪਏ ਆ ਬਿਕਾਜ਼ ਯੂ نو ਸਨਤ ਇਹੇ ਡਾਰੇ ਆ ਵੀ ਜਦੋਂ ਯੂ نو ਇਦਾਂ ਕੋਈ ਇਨਸਾਨ ਦੁਨੀਆ ਤੋਂ ਚਲ ਜਾਂਦਾ ਵੀ ਸਾਥ ਉਥੇ ਯੂ نو ਇਹ ਗੀਤਾਂ ਦੀ ਯੂ نو ਬੁਨਿਆਦ ਨਾ ਕਿਤੇ ਮੁੱਕ ਜਾਵੇ ਰਾਈਟ ਉਹ ਦੁਨੀਆ ਵੀ ਤਰ੍ਹਾਂ ਦੇ ਸਾਡੇ ਜੋ ਗਏ ਨੇ ਮੈਂ ਉਹਨੂੰ ਜ਼ਿੰਦਾ ਰੱਖੂੰਗਾ ਆਪਣੇ ਗਾਇਕ ਗੀਤਾਂ ਰਾਹੀਂ ਔਰ ਬਹੁਤ ਸਾਰੇ ਗੀਤ ਨੇ ਦੋ ਤਾਂ ਮੇਰੇ ਹੁਣੇ ਰਿਲੀਜ਼ ਹੋਣਗੇ ਦੋ ਤਿੰਨ ਗਾਣੇ ਤਾਂ ਜਿਹੜੇ ਬਹੁਤ ਬਿਗ ਵਧੀਆ ਨੇ ਤੁਸੀਂ ਦੇਖਿਓ ਲੋਕੀ ਤਾਂ ਲੋਨਰਸ ਨੇ ਅਸੀਂ ਜਰੂਰ ਉਹ ਤੁਹਾਡੇ ਤੋਂ ਪੁੱਛਦੇ ਆ ਪਰ ਵਕਤ ਆ ਕੇ ਇੱਕ ਛੋਟੀ ਜੀ ਬ੍ਰੇਕ ਤਾਂ ਪਰ ਜੇ ਹੁਣ ਅਸੀਂ ਚੂਚੂ ਦਾ ਜ਼ਿਕਰ ਕੀਤਾ ਤੇ ਸਾਡੇ ਸਟੂਡੀਓ ਸਰਜੀਖਾਨ ਜੀ ਆਏ ਹੋਏ ਆ ਤੇ ਫਿਰ ਐਵੇਂ ਕਿਵੇਂ ਹੋ ਗਿਆ ਵੀ ਅਸੀਂ ਤਾਂ ਉਹ ਨਾ ਗੀਤ ਸੁਣੀਏ ਯਾਦ ਮੈਂ ਕੀ ਯਾਦ ਨਾ ਕੋਈ ਬਾਤਾਂ ਪਾਉਂਦੇ ਨੇ ਮੁਟਿਆਰ ਦੇ ਬੁੱਲ ਗੁਲਾਬੀ ਕੂਲੇ ਪੱਤ ਕੱਚੀ ਕਚਨਾਰ ਦੇ ਬੋਚ-ਬੋਚ ਪੱਬ ਧਰੇ ਜੂ ਪਰ ਉਡਾਰੀ ਪਰਦੀ ਆ ਓ ਜਦ ਤੁਰਦੀ ਮੜਕਦੇ ਨਾਲ ਬਈ ਜੁੱਤੀ ਚੂਚੂ ਕਰਦੀ ਆ ਓਏ ਜੁੱਤੀ ਚੂਚੂ ਕਰਦੀ ਆ ਬਈ ਜੁੱਤੀ ਚੂਚੂ ਕਰਦੀ ਆ ਓਏ ਜੁੱਤੀ ਬਈ ਜੁੱਤੀ ਚੂਚੂ ਕਰਦੀ ਆ ਓਏ ਅੰਡੂ ਵੈਲਕਮ ਬੈਕ ਟੂ ਸ਼ੈਰੀ ਪੰਜਾਬ 8:00 AM 600 ਮੈਂ 30 ਆਪਣੀ ਸੁਖੀ ਤੇ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ ਦਵਾਂਦੀ ਓਨਲੀ ਸਰਜੀਤ ਕਾਂਜੀ ਸਰਜੀਤ ਜੀ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਥੈਂਕ ਯੂ ਸੁਖੀ ਜੀ ਥੈਂਕ ਯੂ ਸਰਜੀਤ ਜੀ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਸੀਗੇ ਤੇ ਇੱਕ ਤੁਹਾਡਾ ਪੱਕਾ ਸੂਲਿਆ ਕਿ ਜਿਹੜੀ ਇੱਕ ਟੈਕਨੋਲੋਜੀ ਅੱਜ ਸਿੰਗਰਸ ਯੂਜ਼ ਕਰਦੇ ਆ ਆਪਣੀ ਰਿਕਾਰਡਿੰਗ ਦੇ ਵਿੱਚ ਆਟੋ ਟੂਨ ਹੈਨਾ ਉਹ ਤੁਸੀਂ ਜਮਨ ਯੂਜ਼ ਕਰਦੇ ਹੈਨਾ ਸੋ ਆਟੋ ਟੂਨ ਵਾਲੇ ਥੋੜੇ ਜਿਹਾ ਜਿਸੋ ਜਿਹੜੇ ਸਾਡੇ ਸਰੋਤਿਆਂ ਨੂੰ ਨਹੀਂ ਆਟੋ ਟੂਨ ਕੀ ਹੁੰਦਾ ਉਹ ਕੀ ਚੀਜ਼ ਆ ਉਹ ਜਿਹੜਾ ਵੋਕਲ ਨੂੰ ਲਾ ਦਿੰਦੇ ਨੇ ਨਾ ਪਿੱਛੇ ਚੇਂਜ ਹੋ ਜਾਂਦੀ ਵੋਕਲ ਇਹਨੂੰ ਉਹਨੂੰ ਆਟੋ ਟੂਨ ਕਹਿ ਦਿੰਦੇ ਆ ਅੱਛਾ ਸੋ ਮੈਂ ਤਾਂ ਕਦੇ ਕੀਤਾ ਜੀ ਕਰਦਾ ਹਾਂ ਸੋ ਯੂ ਨੋ ਐਨ 8 ਜਿਸ ਨੂੰ ਪਤਾ ਲੱਗਦੀ ਆ ਹੁਣ ਜਦੋਂ ਮੈਂ ਤੁਹਾਡੇ ਕੋਲ ਬੈਠੀ ਆ ਹਮੇਸ਼ਾ ਸੀ ਤੁਹਾਡੇ ਕੋਲ ਬੰਦੇ ਆ ਤਤੋਂ ਗੀਤ ਸੰਗੀਤ ਆ ਸੀ ਸੁਣਦੇ ਆ ਸੋ ਲਾਈਵ ਖਾੜਿਆਂ ਦੇ ਵਿੱਚ ਲਾਈਵ ਪਰਫਾਰਮੈਂਸਸ ਉਤੋਂ ਅਸਲੀਅਤ ਦਾ ਪਤਾ ਲੱਗਦਾ ਹੈ ਨਾ ਸੇਮ ਹੀ ਵੋਕਲ ਮੇਰੀ ਐਲਬਮ ਉਹਦੇ ਚ ਆਉਂਦੀ ਆ ਸੇਮ ਇਦਾਂ ਗਾਉਂਦੇ ਮੈਨੂੰ ਲੱਗਦਾ ਐਲਬਮ ਨਾਲੋਂ ਵੀ ਵਧੀਆ ਤੁਹਾਡੀ ਵੋਕਲ ਜਿਹੜੀ ਲਾਈਵ ਦੇ ਵਿੱਚ ਆ ਨਾ ਸੁਣਨਾ ਉਹਦੇ ਚ ਜ਼ਿਆਦਾ ਮਜ਼ਾ ਆਉਂਦਾ ਆ ਸੋ ਯੂ ਨੋ ਇਹ ਕਿਤਨੇ ਕਿਤੇ ਜੇ ਹੁਣ ਕੋਈ ਲਾਈਵ ਸ਼ੋ ਕਰਦਾ ਕੋਈ ਨਵੇਂ ਸਿੰਗਰ ਆ ਉਹ ਤੇ ਆਰਡਰ ਟੂ ਨੋ ਯੂਜ਼ ਕਰ ਲੈਂ ਕੀ ਐਡਵਾਈਸ ਹੈ ਤੁਹਾਨੂੰ ਵੀ ਯੂ ਨੋ ਨੀਓ ਸਟੇ ਤੇ ਨਹੀਂ ਫਿਰ ਸੇਵਾਜ਼ ਨਹੀਂ ਆਉਣੀ ਹੂੰ ਉਹ ਤਾਂ ਸਟੂਡੀਓ ਤਾਂ ਆਪਾਂ ਕੁਝ ਵੀ ਕਰ ਸਕਦੇ ਵੋਕਲ ਨੂੰ ਛੇੜ ਛੜ ਕਰ ਲੋ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੈ ਯਾ ਬਟ ਜਦੋਂ ਸਟੇ ਤੇ ਜਾਂਦੇ ਆ ਫਿਰ ਆਪਾਂ ਫਿਰ ਉਹ ਸਰੋਤਿਆਂ ਦੀ ਇੱਕ ਜ਼ਹਿਨ 'ਚ ਨਾ ਵਸਿਆ ਹੁੰਦਾ ਕਿ ਵੀ ਉਦਾਂ ਦੀ ਵੋਕ ਲਾਵੇ ਸਟੇ ਦੇ ਉੱਤੇ ਕਿਉਂਕਿ ਉਹਨਾਂ ਨੇ ਉਹ ਗੀਤ ਸੁਣਿਆ ਨਾ ਤੇ ਫਿਰ ਉਦਾਂ ਦਾ ਜਦ ਨਹੀਂ ਆਉਂਦਾ ਤਾਂ ਫਿਰ ਫੇਰ ਥੋੜਾ ਜਿਹਾ ਕਿਸਰੋ ਤੇ ਨਮੋਸ਼ੀ ਹੁੰਦੀ ਆ ਜੀ ਸੋ ਮੇਰੇ ਨਾਲ ਕਦੇ ਇਦਾਂ ਦੀ ਗੱਲ ਹੋਈ ਨਹੀਂ ਮੈਂ ਇੱਕ ਆਟੋ ਟਿਊਨ ਕਦੇ ਲਾਇਆ ਨਹੀਂ ਵੋਕਲ ਨੂੰ ਆਪਣੇ ਟ੍ਰੀਟਮੈਂਟ ਨਹੀਂ ਕੀਤਾ ਕਹਿੰਦੇ ਆ ਨਾ ਪਹਿਲਵਾਨੀ ਕਰਨੀ ਵੀ ਬਹੁਤ ਔਖੀ ਆ ਤੇ ਗਾਇਕੀ ਕਰਨੀ ਵੀ ਬਹੁਤ ਔਖੀ ਆ ਰਾਈਟ ਸੋ ਯੂ نو ਇਹ ਦੋਨੇ ਯੂ نو ਬਿਨਾ ਤੁਸੀਂ ਸਿੱਖ ਕੇ ਹੈ ਨਾ ਜੇ ਤੁਹਾਨੂੰ ਨਹੀਂ ਤੁਸੀਂ ਸਿੱਖਦੇ ਨਹੀਂਗੇ ਤੁਹਾਨੂੰ ਆਉਣ ਹੀ ਨਹੀਂਗੀ ਨਾ ਕੀ ਵਿਚਾਰੇ ਆ ਸਾਰੇ ਰਿਕਾਰਡਿੰਗ ਕੀਤਾ ਮੈਂ ਗਾਣਾ ਫਕੀਰ ਮੌਲੀ ਵਾਲੇ ਦਾ ਹਜੇ ਰਿਲੀਜ਼ ਹੋਊਗਾ ਗਾਣਾ ਇਹ ਲੋਕ ਤੱਥ ਹੈ ਕਹਿੰਦਾ ਸਾਲਾਂ ਪਿੱਛੋਂ ਸਾਰੇ ਹੋਂਦੀ ਕਿਵੇਂ ਛੰਦ ਬੈਂਤ ਤੇ ਸਵਹੀਆ ਬਣਦਾ ਲੱਖਾਂ ਵਿੱਚੋਂ ਇੱਕ ਮਾਰ ਖਾ ਕੇ ਉਸ ਤਾਦਾਂ ਦੀ ਗਵਹੀਆ ਬਣਦਾ ਢਾਈ ਦਿਨ ਉਹਦੀ ਫਿਰ ਹੁੰਦੀ ਏ ਚੜਤ ਖੜ ਕੇ ਸਟੇਜਾਂ 'ਈ ਉੱਤੇ ਮਾਰਦਾ ਬੜਕ ਮੇਰੇ ਵਰਗਾ ਨਹੀਂ ਕੋਈ ਕਲਾਕਾਰ ਢਾਈ ਦਿਨ ਸਾਵ ਸੋਹਣਿਆ ਨਹੀਂ ਤਾਂ ਜ਼ਿੰਦਗੀ ਏ ਖੱਜਲ ਖਵਾਰ ਢਾਈ ਦਿਨ ਸਾਵ ਸੋਹਣਿਆ ਕਦਾਂ ਢਾਈ ਦਿਨ ਹੀ ਆਉਂਦੇ ਪੁੱਤ ਬਾਣੀਆਂ ਦੇ ਘਰਾਂ ਨੂੰ ਲਟਾਉਂਦੇ ਵੇਖੇ ਨੇ ਇੰਦਰ ਜਹੇ ਵੀ ਹੱਥੀ ਆਪਣੀ ਹੱਟੀ ਨੂੰ ਅੱਗ ਲਾਉਂਦੇ ਵੇਖੇ ਨੇ ਢਾਈ ਦਿਨ ਭੇੜ ਉੱਤੇ ਆਉਂਦੀ ਏ ਜਵਾਨੀ ਵੈਲੀਆਂ ਦੀ ਹੁੰਦੀ ਢਾਈ ਦਿਨ ਜ਼ਿੰਦਗਾਨੀ ਉਹ ਲਾਉਂਦੀ ਢਾਈ ਦਿਨ ਵੇਸ਼ ਵਾ ਸ਼ਿੰਗਾਰ ਵੇ ਢਾਈ ਦਿਨ ਸਾਵ ਸੋਹਣਿਆ ਨਹੀਂ ਤਾਂ ਜ਼ਿੰਦਗੀ ਐ ਖੱਜੜ ਖਵਾਰ ਤਾਹੀ ਦਿਨ ਸਾਵ ਸੋਹਣਿਆ ਵਾਹ ਸਹੀ ਗਾ ਸੱਚ ਕੀਤੀ ਹੈ ਤੁਸੀਂ ਮੇਰਾ ਜਿਹੜਾ ਸਵਾਲ ਦਾ ਜਵਾਬ ਇੱਦਾਂ ਹੀ ਤੁਸੀਂ ਦੇ ਦਿੱਤਾ ਬਹੁਤ ਵਧੀਆ ਮੈਨੂੰ ਲੱਗਾ ਆ ਮੈਨੂੰ ਲੱਗਦਾ ਸੀ ਵੀ ਇਹ ਗਾਣਾ ਇਹ ਰਿਕਾਰਡ ਕੀਤਾ ਹੈ ਰਿਲੀਜ਼ ਹੋਣਾ ਵਾਲੇ ਬਸ ਤੁਸੀਂ ਇਦਾਂ ਹੀ ਹੈ ਨਾ ਬਸ ਇਦਾਂ ਸਾਨੂੰ ਬੜਾ ਟੀਜ਼ਰ ਦੇ ਕੇ ਤੇ ਮੜ ਕੇ ਤੁਸੀਂ ਰਿਲੀਜ਼ ਨਹੀਂ ਕਰਦੇ ਬਹੁਤ ਸ਼ਿਕਾਇਤ ਹੈ ਸੰਡੀ ਕਰਾਂਗੇ 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 ਸਾਰੇ ਆ ਜਾਣਗੇ ਸਾਰੇ ਆਉਣਗੇ ਇੱਕ ਇੱਕ ਕਰਕੇ ਸੋ ਯੂ نو ਵਾਕਿਆ ਸਹੀ ਗੱਲ ਹੈ ਕਿ ਯੂ نو ਇਹ ਮੁਨਿਆਦ ਫਿਰ ਉਨੀ ਥੋੜੀ ਚੀਜ਼ ਦੀ ਹੁੰਦੀ ਆ ਜਿੱਤੇ ਤੁਸੀਂ ਹੈ ਨਾ ਕਿਤੇ ਮਿਹਨਤ ਤੁਸੀਂ ਲਾਓ ਤੇ ਫਿਰ ਯੂ نو ਇਟਸ ਐਵਰ ਗ੍ਰੀਨ ਫੋਰਐਵਰ ਯਾ ਮੈਂ ਤਾਂ ਇੱਕ ਇਦਾਂ ਦੀ ਚੀਜ਼ ਐ ਇੱਕ ਹੋਰ ਮੈਂ ਤੁਹਾਨੂੰ ਮੈਂ ਤੁਸੀਂ ਕਹੋਗੇ ਵੀ ਗਾਣੇ ਮੈਨੂੰ ਗਾਉਣਾ ਹੀ ਆ ਗਾ ਸਕਦਾ ਜਿਆਦਾ ਤੇ ਵਾਬੂ ਸਿੰਘ ਮਾਨਜੀ ਦਾ ਗਾਣਾ ਕੀਤਾ ਸੀ ਮੈਂ ਜੁਗਨੀ ਹਾਂਜੀ ਉਹਦੇ ਚ ਬਹੁਤ ਅੱਛੇ ਲਾਈਨਾਂ ਸੀਗੀਆਂ ਜੀ ਹਮ ਦਾ ਜੱਗ ਜਉਂਦਿਆਂ ਜੀਆਂ ਦੇ ਸਦਾ ਮੇਲੇ ਮਰ ਗਿਆਂ ਨੂੰ ਜੱਗ ਵਿਸਾਰ ਦੇਂਦਾ ਫੁੱਲ ਪੈਰਾਂ ਦੀ ਮਿੱਟੀ ਵਿੱਚ ਹੋ ਪੈਦਾ ਸਾਰੇ ਜੱਗ ਤੇ ਮਹਿਕ ਖਿਲਾਰ ਦੇਂਦਾ ਮਿਹਨਤਾਂ ਨਾਲ ਕਮਾਉਣੀਆਂ ਪੈਂਦੀਆਂ ਨੇ ਖੁਸ਼ੀਆਂ ਮੰਗੀਆਂ ਕੌਣ ਉਧਾਰ ਦੇਂਦਾ ਉਹ ਤੱਤੇ ਪਾਣੀਆਂ ਨਾਲ ਕਰ ਨਹੀਂ ਵੱਲਦੇ ਪਾਣੀ ਤੱਤਾ ਵੀ ਅਗ ਨੂੰ ਠਾਰ ਦਿੰਦਾ ਸਾਈ ਮਹਿਰਵਾਨਾ ਤੇਰੀ ਜੁਗਨੀ ਗਾਉਂਦਾ ਏ ਜਮਾਨਾ ਤੇਰੀ ਜੁਗਨੀ ਅੱਲਾ ਬਿਸਮਿਲ੍ਲਾ ਤੇਰੀ ਜੁਗਨੀ ਆ ਦੀਵਾ ਰਾਈਟਨ ਬਾਈ ਦ ਵਨ ਐਂਡ ਓਨਲੀ ਬਾਬੂ ਸਿੰਘ ਮਾਨ। ਕਮਾਲ ਹੈ ਕਮਾਲ ਤੇ ਬਿਲਕੁਲ ਹੋਈਆਂ ਨਾ ਤੁਸੀਂ ਪੁਰਾਣੇ ਜਿਹੜੇ ਸਾਡੇ ਫੋਕ ਗੀਤਾਂ ਉਹਨਾਂ ਨੂੰ ਤੁਸੀਂ ਨਾ ਇੱਕ ਨਵਾਂ ਰੂਪ ਹਮੇਸ਼ਾ ਦਿੰਦੇ ਆ ਤੇ ਤੁਹਾਡੀ ਆਵਾਜ਼ ਤੋਂ ਸੱਚ ਦਾ ਵੀ ਬਹੁਤ ਆ ਐਂਡ ਇਦਾਂ ਹੀ ਆ ਤੁਸੀਂ ਪਿਛਲੇ ਜਿਹੜੀ ਤੁਹਾਡੀ ਐਲਬਮ ਚ ਉਹ ਗਾਣਾ ਰਿਲੀਜ਼ ਕੀਤਾ ਸੀ ਘੜਾ ਵਜਦਾ। ਘੜਾ ਵਜਦਾ ਹੈ ਨਾ ਤੇ ਉਹਦੇ ਵਿੱਚ ਵੀ ਉਹ ਸਾਨੂੰ ਹੈ ਨਾ ਯਾਦ ਆ ਕਿ ਜਦੋਂ ਸਾਡੀ ਬੀਬੀਆਂ ਮਾਵਾ ਬੋਲੀਆਂ ਪਾਉਦੀ ਹੁੰਦੀ ਸੀ ਹੈ ਨਾ ਅਸੀਂ ਬੜਾ ਉਹ ਗਾਣਾ ਸੁਣਨਾ ਬੜਾ ਉਹ ਯੂ نو ਵਧੀਆ ਲੱਗਣਾ ਤੇ ਤੁਸੀਂ ਉਹਨੂੰ ਵੀ ਇੱਕ ਨਵਾਂ ਰੂਪ ਦਿੱਤਾ ਉਹਦੇ ਬਾਰੇ ਦੱਸੋ। ਉਹ ਜਿਹੜੇ ਤੁਸੀਂ ਫੋਕ ਰੰਗ ਬੰਦੇ ਆ ਤੁਸੀਂ ਬੜਾ ਵਧੀਆ ਲੱਗਦਾ ਆ ਇਹ ਜਿਹੜਾ ਬੋਲੀਆਂ ਨੇ ਸਾਡਾ ਬਾਹਰ ਨੂੰ ਜੀ ਘੜਾ ਵਜਦਾ ਘੜੋਲੀ ਵਜਦੀ ਕਿਤੇ ਗਾਗਰ ਵਜਦੀ ਸੁਣ ਮੁੰਡਿਆ ਸੋ ਇਹ ਮੈਂ ਜਦੋਂ ਸਟੇਜਾਂ ਤੇ ਮੈਂ ਉਦਾਂ ਵੀ ਵੈਡਿੰਗ ਦੇ ਵਿੱਚ ਕਈ ਵਾਰ ਗਾਦਣਾ ਫਿਰ ਕਈ ਵਾਰੀ ਦਿਮਾਗ ਚ ਆਉਂਦਾ ਕਿ ਯਾਰ ਇਹਨੂੰ ਕਿਉਂ ਨਾ ਗਾਣੇ ਦਾ ਰੂਪ ਦਿੱਤਾ ਜਾਵੇ ਹਨਾ ਸੋ ਲੋਕ ਬੋਲੀਆਂ ਬਹੁਤ ਜ਼ਿਆਦਾ ਹਿੱਟ ਹੁੰਦੀਆਂ ਨੇ ਉਹ ਪਹਿਲਾਂ ਹੀ ਲੋਕਾਂ ਦੇ ਮਤਲਬ ਨੇੜੇ ਰਹਿੰਦੀਆਂ ਨੇ ਬਹੁਤ ਜ਼ਿਆਦਾ ਜੀ ਜੀ ਕਿ ਆਪਣੇ ਵਾਰੀ ਪਾਟਾ ਟ੍ਰੀਟਮੈਂਟ ਵੱਖਰਾ ਜਿਹਾ ਕਰਦੇ ਇੱਕਦਮ ਵੀ ਲੋਕ ਜਿਦਾਂ ਵੀ ਨ ਰੱਖੇ ਦਾ ਕਹਿਣਾ ਸੀ ਕਿ ਇੱਥੇ ਮੇਰੇ ਨੱਥ ਡਿਕ ਵੀ ਨਿਉ ਕੇ ਵੇਖੀ ਜਿਵੇਂ ਦੁਪੱਟਾ ਤੇਰਾ ਸੱਤ ਰੰਗ ਦਾ ਹਾਂਜੀ ਹਾਂਜੀ ਤੇ ਲੋਕ ਬੋਲੀਆਂ ਸੋ ਬਹੁਤ ਛੇਤੀ ਪ੍ਰਵਾਨ ਹੋ ਜਾਂਦੀਆਂ ਲੋਕ ਸਰੋਤਿਆਂ ਚ ਠੀਕ ਹੈ ਕਿ ਉਹ ਨਾ 올ਡ ਇਸ ਗੋਲਡ ਹੈ ਨਾ ਜਿਵੇਂ ਅਸੀਂ ਉਹ ਸਾਰੇ ਜਿਹੜੇ ਏਜ ਗਰੁੱਪਸ ਆ ਤੁਹਾਡਾ ਫਿਰ ਉਹਦਾ ਜੜ ਜਾਂਦੇ ਤੇ ਜਿਹੜੇ ਨਵੇਂ ਵੀ ਜਨਰੇਸ਼ਨ ਉਹ ਵੀ ਇਹ ਪ੍ਰਾਨੀਆਂ ਫਿਰ ਨਾ ਲੋਕ ਜਿਹੜੇ ਸਾਡੇ ਬੋਲੀਆਂ ਨਾ ਉਹ ਫਿਰ ਜੁੜ ਜਾਂਦੇ ਚੰਗਾ ਚੰਗਾ ਲੱਗਦਾ ਚੰਗਾ ਲੱਗਦਾ ਸੁਣਨਾ ਉਹਨਾਂ ਨੂੰ ਹਾਂ ਜੀ ਯਾ ਬਿਲਕੁਲ ਅਮ ਤੁੱਚੇ ਇੱਕ ਤੁਹਾਡੀ ਜਿਹੜੀ ਕਰੀਅਰ ਦੀ ਸ਼ੁਰੂਆਤ ਹੈ ਤੁਸੀਂ ਬੜੇ ਕਲੱਕੀ ਸੀ ਇੱਕ ਕਿਸਮ ਦੇ ਕਿ ਜਿਹੜੇ ਯੂਕੇ ਦੇ ਜਿਹੜੇ ਕੁਝ 뮤직 ਪ੍ਰੋਡਿਊਸਰ ਸੀ ਤੁਸੀਂ ਬਹੁਤ ਵੱਡੇ ਨਾਮ ਹਨ ਇੰਡਸਟਰੀ ਦੇ ਵਿੱਚ ਉਦੋਂ ਹੀ ਜੁੜ ਕੇ ਸੀ ਬੈਲੀ ਸੈਗੂ ਹੋਵੇ ਡੀਜ ਸਾਂਝ ਰਵੀ ਬ ਸੋ ਇਹ ਜਿਹੜੀ ਸਾਡੀ ਕਲੈਬੋਰੇਸ਼ਨ ਸੀਗੀ ਮੈਨੂੰ ਲੱਗਦਾ ਇਹਦੇ ਵੀ ਕਿਤੇ ਕਿਤੇ ਤੁਹਾਡੇ ਜਿਹੜੇ ਕਾਮਯਾਬੀ ਨੇ ਇਹ ਤੁਹਾਡਾ ਹੱਥ ਸੀਗਾ ਹਨਾ ਵੀ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਫ্রম ਸੋ अर्ਲੀ ਕਾਕੇ ਜਿਹੜੇ ਕਲੈਬੋਰੇਸ਼ਨ ਹੱਲੇ ਵੀ ਉਹਨਾਂ ਨਾਲ ਨਹੀਂ ਹੁੰਦੀ ਮੈਨੂੰ ਸੁਖੀ ਜੀ ਬਈ ਮਾਈਸ ਕਮ ਗੱਲ ਜ ਬਹੁਤ ਲੱਕੀ ਮੈਨੂੰ ਬਹੁਤ ਸਾਰੇ ਅੱਜ ਮੈਂ ਬਹੁਤ ਸਾਰਿਆਂ ਨਾਲ ਨਹੀਂ ਕੀਤਾ ਹੁਣ ਇੱਕ ਗਾਣਾ ਸਪੈਨਿਸ਼ ਸਿੰਗਰ ਸੀਗਾ ਇੱਕ ਬਹੁਤ ਹਿੱਟ ਹੋਇਆ ਗਾਣਾ ਉਹ ਮੇਰੇ ਨਾਲ ਕਲੈਬੋਰੇਟ ਕਰਨਾ ਚਾਹੁੰਦਾ ਸੀ ਮੈਂ ਜਾਂ ਸੋ ਮੈਨੂੰ ਪਤਾ ਨਹੀਂ ਤੇ ਬਸ ਕਈ ਵਾਰੀ ਇੱਕ ਹਾਲ ਜੀ ਵੀ ਕਰ ਜੰਨਾ ਇੱਕ ਬੰਦਾ ਉਹਨੇ ਟਾਈਟਲ ਵੀ ਰੱਖਿਆ गाने ਦੇ ਕਿ ਕਾਲਾ ਬੰਦਾ ਹੈ ਨਾ ਅੱਛਾ ਅੱਛਾ ਤੇ ਉਹਨੇ ਮੈਨੂੰ ਅਪਰੋਚ ਕੀਤਾ ਮੇਲ ਆਈ ਸੀ ਮੇਰੇ ਹੈਡਲਾਈਨਰ ਦੇ ਉੱਤੇ ਤੇ ਉਹਨੇ ਟਰੈਕ ਭੇਜਿਆ ਮੈਨੂੰ ਬਣਾ ਕੇ ਵੀ ਤੁਸੀਂ ਇਦਾਂ ਦਾ ਕੁਝ ਕਰਕੇ ਮੈਨੂੰ ਭੇਜੋ ਅਸੀਂ ਗਾਣੇ ਦਾ ਨਾਮ ਦੁਬਾਈ ਰੱਖਣਾ ਤੇ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਮੈਂ ਬਣਾ ਕੇ ਗਾਣਾ ਤੁਹਾਨੂੰ ਦੇ ਦੇਵਾਂਗਾ ਤੁਸੀਂ ਆਪ ਰਿਲੀਜ਼ ਕਰ ਲਿਓ ਵਿੱਚ ਪਰ ਮੈਂ ਉਹਦੇ ਵਿੱਚ ਰੈਪ ਕਰਨਾ ਓਕੇ ਮਕਾਲਾ ਬੰਦਾ ਹਲੇ ਦੇਖੋ ਅੰਡਰ ਸਮਥਿੰਗ ਡਿਫਰੈਂਟ ਯੂ ਨੋ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਫੈਨਸ ਨੂੰ ਅੱਜ ਪੁੱਛੋ ਵੀ ਕਿਦਾਂ ਮੈਂ ਕਲੈਬੋਰੇਸ਼ਨ ਕਰਾਂ ਵਾਕਿਆ ਤੇ ਮੇਰੇ ਖਿਆਲ ਤਾਂ ਹੈ ਯੂ ਨੋ ਹਮੇ ਜਿਹੜੇ ਮੈਂ ਚਾਹ ਪਾਣੀ ਪਰ ਪੰਜਾਬੀ ਮੁੰਡੇ ਸਿੰਘ ਨਵੇਂ ਜਿਹੜੇ ਬਹੁਤ ਸਾਰੇ ਮੇਰੇ ਨਾਲ ਕਰਨਾ ਚਾਹੁੰਦੇ ਨੇ ਤਦ ਸੋ ਦੀਪ ਜੰਡੂ ਨਾਲ ਤਾਂ ਮੈਂ ਕੀਤਾ ਹੁਣ ਕਲੈਬੋਰੇਟ ਤੇ ਉਹ ਤਾਂ ਜਲਦੀ ਬਸ ਆ ਜਾ 23 ਤਰੀਕ ਨੂੰ ਸ਼ੂਟ ਕਰ ਲੈਣਾ ਸੀ ਟੋਰਾਂਟੋ ਜੀ ਤੇ ਬੱਟਸ ਗੁੱਡ ਸੋ ਯੂ ਨੋ ਯੰਗ ਜਨਰੇਸ਼ਨ ਦੀ ਆਪਾਂ ਗੱਲ ਕਰਦੇ ਆ ਜੀ ਦੀਪ ਜੰਡੂ ਵੀ ਜਿੱਦਾਂ ਹੁਣ ਆਪਾਂ ਜ਼ਿਕਰ ਕੀਤਾ ਸੀ ਬੈਲੀ ਸੈਗੂ ਦਾ ਡੀਜ ਸਾਂਝ ਦਾ ਕਾਫੀ ਜਿਹੜੀ ਸਾਡੀ ਯੰਗ ਜਨਰੇਸ਼ਨ ਉਹਨਾਂ ਨਾਲ ਜੁੜੀ ਆ ਸੇਮ ਵਿਦ ਦੀਪ ਜੰਡੂ ਤੇ ਯੰਗ ਜਨਰੇਸ਼ਨ ਵਾਸਤੇ ਵੀ ਤੁਸੀਂ ਕਾਫੀ ਹੁਣ ਆਪਾਂ ਯੂ ਨੋ ਪ੍ਰਾਣੇ ਗੀਤਾਂ ਦੀ ਗੱਲ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਨਵਾਂ ਇੱਕ ਰੂਪ ਦਿੱਤਾ ਆ ਫਿਰ ਇੱਕ ਤੁਹਾਡਾ ਗੀਤ ਖਾਸ ਕਰਕੇ ਹੁਣ ਦੇਖ ਲਓ ਅੱਜ ਪ੍ਰਾਈਮ ਟਾਈਮ ਆ 1 ਤੋਂ 3 ਵਜੇ ਜਿੰਨੇ ਵੀ ਸਾਡੇ ਟਰੱਕ ਵੀਰ ਸਾਡੇ ਨਾਲ ਜੁੜੇ ਹੋਏ ਆ ਯੂ ਨੋ ਟਰੱਕ ਚਲਾਉਂਦੇ ਆ ਉਹਨਾਂ ਦਾ ਤੁਹਾਡਾ ਜਿਹੜਾ ਟਰੱਕ ਯੂਨੀਅਨ ਗ ਨਾ ਪਸੰਦ ਕੀਤਾ ਗਿਆ ਹੋ ਸਕਦਾ ਸੜੀ ਦਾ ਵੀ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਕਰਕੇ ਇਹ ਵੀ ਥੋੜਾ ਜਿਹਾ ਉਹਨਾਂ ਨਾਲ ਪਿਆਰ ਜਿਆਦਾ ਜੁੜੇ ਪਰ ਉਹਦੇ ਬਾਰੇ ਦੱਸੋ ਅੱਛਾ ਮੈਂ ਲੱਕੀ ਸੁਖੀ ਜੀ ਇਸ ਕਰਕੇ ਆ ਟਰੱਕਾਂ ਵਾਲੇ ਗਾਣੇ ਮੈਂ ਕਿੰਗ ਨੇ ਸਭ ਤੋਂ ਪਹਿਲਾ ਗਾਣਾ ਦਿੱਤਾ ਮਨ ਕਿੰਗ ਗਰੇਵਾਲ ਮੇਰਾ ਮੇਰੇ ਪਿੰਡ ਦੇ ਨਾਲ ਵਾਲਾ ਪਿੰਡ ਹਾਂਜੀ ਹਾਂਜੀ ਬਾਤ ਪਿਆਰਾ ਭਰਾ ਮੇਰਾ ਤੇ ਉਹਨਾਂ ਨੇ ਦਿੱਤਾ ਮੈਨੂੰ ਗਾਣਾ ਤੇ ਕਹਿੰਦਾ ਟਰੱਕਾਂ ਵਾਲਾ ਭਾਈ ਗਾਣਾ ਮੈਂ ਕਿਹਾ ਚੱਲ ਕਰ ਲੈਣੇ ਗਾਣਾ ਤੇ ਦੂਜੀ ਮੈਂ ਕਿਹਾ ਹੁਣ ਇੱਕ ਗਾਣਾ ਕਰ ਲਿਆ ਹੁਣ ਦੁਬਾਰੇ ਟਰੱਕਾਂ ਵਾਲਾ ਗਾਣਾ ਨਾ ਸੁਣਾਈ ਜੀ ਜੀ ਤੇ ਦੁਬਾਰੇ ਉਹਨਾਂ ਟਰੱਕ ਹੀ ਉਹਨੇ ਟੂ ਵੀ ਆ ਗਿਆ ਨਾਲ ਟੂ ਵੀ ਆ ਗਿਆ ਦ ਮੈਂ ਕਹਿਆ ਹੁਣ ਹੁਣ ਮੈਂ ਕਹ ਬਹੁਤ ਹੋ ਗਿਆ ਉਹ ਤੀਜਾ ਫੇਰ ਬਣਾਇਆ ਉਹ ਫੇਰ ਉਹ ਲਾਈਨ ਨਹੀਂ ਲੱਗਦੀ ਜੁੱਤੀ ਦੀ ਲਾਈਨ ਸੀ ਉਹਦਾ ਟਰੱਕਾਂ ਦੀ ਸਾਰੇ ਗਾਣੇ ਹਿੱਟ ਹੋ ਗਏ ਉਹਦੇ ਮੈਂ ਕਹਿਆ ਯਾਰ ਕਮਾਲਾ ਹੁਣ ਫੇਰ ਕਹਿੰਦਾ ਮੈਂ ਕਹ ਚੱਲ ਲਿਆ ਹੁਣ ਫੇਰ ਕਰਾਂਗੇ ਟਰੱਕ ਵਾਲਾ ਮੈਂ ਸੁਣਾ ਦਿੰਨਾ ਗਾਣਾ ਉਹ ਬਹੁਤ ਚੱਲਿਆ ਗਾਣਾ ਹਿੱਟ ਹੋਇਆ ਯੈਸ ਪਲੀਜ਼ ਹੋ ਗੱਡੀ ਜਾ ਕੇ ਮੈਂ ਫਰੀਜ਼ਨੋਂ ਤੋਂ ਪਰੇ ਨਹੀਂ ਕੱਲ ਸੁਖ ਨਾਲ ਲੰਘ ਆਇਆ ਸਰੀ ਨਹੀਂ ਗੱਡੀ ਜਾ ਕੇ ਮੈਂ ਫਰੀਜ਼ਨੋਂ ਤੋਂ ਪਰੇ ਨਹੀਂ ਕੱਲ ਜ਼ੁਖ ਨਾਲ ਲੰਘ ਆਇਆ ਸਰੀ ਨਹੀਂ ਜਾ ਕੇ ਵੀਕ ਨੂੰ ਟੋਰਾਂਟੋ ਵੇ ਮੈ ਲਹੂਣੀ ਐ ਨਾਲੇ ਵੀ ਕੇ ਐਂਡ ਯਾਰਾਂ ਨਾ ਮਨਹੂਣੀ ਐ ਇਹ ਬੋਤਲਾਂ ਦੇ ਖੋਲਦੇ ਨੇ ਡੱਟ ਨਹੀਂ ਤੇ ਪਿੰਡਾਂ ਵਾਲੇ ਜੱਟ ਨਹੀਂ ਹੋ ਡਾਲਰਾਂ ਦੀ ਉੱਡਦੀਆਂ ਗੱਡੀਆਂ ਬਈ ਬਾਹਰ ਲਿਆਂ ਮੁਲਕਾਂ ਚ ਵੇਖ ਲੈ ਤਰੱਕਾਂ ਵਾਲੇ ਕਰਗੇ ਤਰੱਕੀਆਂ ਓਏ ਬਾਹਰ ਲਿਆਂ ਮੁਲਕਾਂ ਚ ਵੇਖ ਲੈ ਪੰਜਾਬੀ ਕਿੰਨੀ ਕਰਗੇ ਤਰੱਕੀਆਂ ਹਾਏ ਬਾਹਰ ਲਿਆਂ ਮੁਲਕਾਂ ਚ ਵੇਖ ਲੈ ਟਰੱਕਾਂ ਵਾਲੇ ਕਰਗੇ ਤਰੱਕੀਆਂ ਵਾਹ ਜੀ ਵਾਹ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹਰੇਕ ਟੱਪਾ ਇਹਦਾ ਇਸ ਗੀਤ ਦਾ ਜਿੰਜ ਹੈਨਾ ਬਹੁਤ ਅੱਛਾ ਹੈ ਐਂ ਸੱਚੀ ਹੈ ਨਾ ਉਹੀ ਟਰੱਕਾਂ ਵਾਲੇ ਵੀਰਾਂ ਤੇ ਹਟਕਦਾ ਆ ਤਾਂ ਕਰਕੇ ਮੈਨੂੰ ਲੱਗਦਾ ਵੀ ਤਾਂ ਇਹ ਨਾ ਹਿੱਟ ਹੋਇਆ ਕਿ ਜਾਂ ਫਿਰ ਮੈਨੂੰ ਇੱਕ ਸਿੰਪਲ ਜਿਹਾ ਫਨ ਜਿਹਾ ਗੀਤ ਆ ਨਾ ਲੱਗਦਾ ਕਿ ਜੋ ਹਕੀਕਤ ਹੈ ਮੈਂ ਇੱਥੇ ਰਹਿਣ ਕਰਕੇ ਥੋੜਾ ਜਿਹਾ ਟਾਈਮ ਸਪੈਂਡ ਕਰਦਾ ਕੈਨੇਡਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਵੀ ਉਭਾਰਨੀ ਚਾਹੀਦੀ ਜਿਹੜੀ ਚੀਜ਼ ਹੈ ਹਨਾ ਹਾਂ ਜਿਹੜੀ ਹਰੇਕ ਤੇ ਰੁਕਦੀ ਹੈ ਵੀਡੀਓ ਲਾਈਫ ਦੇ ਵਿੱਚ ਟਕਿੰਗ ਗਰੇਵਾਲ ਵਿਚਾਰਾ ਕਦੇ ਕਿਸੇ ਕੰਟਰੀ ਨਹੀਂ ਗਿਆ ਅਜੇ ਤੱਕ ਬਟ ਉਹਨਾਂ ਸਾਰੀ ਤਸਵੀਰ ਦੇਖ ਲਓ ਲੀਕਤੀ ਉਹਨੂੰ ਦੱਸਿਆ ਵੀ ਇਦਾਂ ਇਦਾਂ ਕਰਕੇ ਇਦਾਂ ਆਈ 5 ਤੇ ਜਾਂਦਾ ਟਰੱਕ ਇਦਾਂ ਤੇ ਤੁਹਾਡੀ ਗੱਲ ਹੈ ਵੀ ਉਹਨਾਂ ਨੇ ਦੇਖ ਲੈਂਦੇ ਤਾਂ ਫ੍ਰੀਜ ਨੂੰ ਇਦਾਂ ਕਰਕੇ ਹਨਾ ਵੀ ਆ ਟ੍ਰਾਂਟੋ ਜਾ ਕੇ ਵੀ ਇੱਕ ਤੱਕ ਵੀ ਟ੍ਰਾਂਟੋ ਪਹੁੰਚ ਜਾਣਾ ਉਹ ਸਾਰਾ ਕੁਝ ਨਲਪੇਟ ਦਾ ਵਿੱਚ ਸਹੀ ਗੱਲ ਹੈ ਜੀ ਉਹ ਉਹਨੂੰ ਜਾਂਦਾ ਸਹਿਰਾ ਸਾਰਾ ਤੇ ਮੈਂ ਬਸ ਰਵੀ ਆਰਬੀ ਐਸ ਨਾਲ ਤਾਂ ਮਿਊਜ਼ਿਕ ਕੀਤਾ ਸੀਗਾ ਤੇ ਵੀਡੀਓ ਵੀ ਰੁਬਲ ਨੇ ਤੇ ਉਹਨੇ ਹੀ ਬਣਾਇਆ ਸੀਗਾ ਰਵੀ ਨੇ ਜੀ ਯੂਨੀਅਨ ਸਿਟੀ ਕੀਤਾ ਸੀਗਾ ਅਸੀਂ ਹੂੰ ਹੂੰ ਸੋ ਬਸ ਉਹ ਸਾਰੀ ਟੀਮ ਜਦੋਂ ਮਿਲ ਜਾਂਦੀ ਹੈ ਇਹ ਫਿਰ ਫਿਰ ਵਧੀਆ ਲੱਗਦਾ ਜੀ ਜੀ ਸੋ ਤੁਸੀਂ ਨਿਤ ਤੁਹਾਡਾ ਪੰਜਾਬ ਚ ਆਉਣਾ ਜਾਣਾ बिकॉज ਯੂ نو ਤੁਹਾਡੇ ਆਬਵੀਅਸਲੀ ਹੁਣ ਅਥੇ ਤੁਹਾਡੇ ਸ਼ੋਜ਼ ਲੱਗਦੇ ਆ ਬੜੇ ਹਾਈ ਡਿਮਾਂਡ ਦੇ ਵਿੱਚ ਤੁਸੀਂ ਹੈਗੇ ਸੋ ਮੈਨੂੰ ਲੱਗਦਾ ਤੁਸੀਂ ਯੂ نو ਕੈਨੇਡਾ ਦੇ ਵਿੱਚ ਤਾਂ ਕਦੀ ਕਦੀ ਵਿਜ਼ਿਟ ਕਰਨ ਆਉਂਦੇ ਹੁੰਦੇ ਆ ਫੈਮਿਲੀ ਪਰਿਵਾਰ ਨੂੰ ਹਨਾ ਜਦੋਂ ਤੁਹਾਡਾ ਯੂ نو ਵੇਅਰ ਲੱਗਦਾ ਉਥੋਂ ਆਪਣੀ ਬੀਜ਼ੀ ਲਾਈਫ ਚ ਕਾਫੀ ਤੁਸੀਂ ਰਿਕਾਰਡਿੰਗ ਵਗੈਰਾ ਉਥੇ ਕਰਦੇ ਆ ਸੋ ਥੋੜਾ ਜਿਹਾ ਸਾਨੂੰ ਦੱਸੋ ਮੈਨੂੰ ਪਤਾ ਤੁਸੀਂ ਮਹਾਲੀ ਦੇ ਵਿੱਚ ਰਹਿੰਦੇ ਆ ਅਮ ਅੱਜਕੱਲ੍ਹ ਉਥੇ ਦੇ ਹਾਲਾਤ ਸਿੰਗਰਸ ਵਾਸਤੇ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਕਿ ਜਿਹੜਾ ਅਮ ਸਾਡਾ ਇੱਕ ਬਹੁਤ ਵੱਡਾ ਲਾਸ ਸਾਡੀ ਇੰਡਸਟਰੀ ਦੇ ਵਿੱਚ ਸਾਡਾ ਛੋਟਾ ਵੀਰ ਸਿੱਧੂ ਮੂਸੇਵਾਲੇ ਦੇ ਅਮ ਉਹਨਾਂ ਦੀ ਜਦਾ ਜਦਾਈ ਦਾ ਕਰਕੇ ਹਨਾ ਇੱਕ ਲਾਸ ਬਹੁਤ ਵੱਡਾ ਸੀਗਾ ਇੰਡਸਟਰੀ ਦੇ ਵਿੱਚ ਸੋ ਥੋੜਾ ਜਿਹਾ ਮੈਨੂੰ ਦੱਸੋ ਹੁਣ ਅੱਜ ਕੱਲ ਸਿੰਗਰਸ ਦੇ ਹਾਲਾਤ ਕੀ ਆ ਕਿੰਨੇ ਕਿ ਸੁਰੱਖਤ ਉੱਥੇ ਹੈਗੇ ਆ ਕਿੰਨਾ ਕਿ ਡਰਿਆ ਉਥੋਂ ਵੀ ਕਿ ਹੁਣ ਅਸੀਂ ਜੋ ਸੁਣੀਦਾ ਕਿ ਉੱਥੋਂ ਜਿਹੜੇ ਸਿੰਗਰਸ ਆ ਹੁਣ ਇੱਥੇ ਆ ਰਹੇ ਆ ਵੀ ਯੂ نو ਇੱਥੇ ਕੈਨੇਡਾ ਦੀ ਲੈਂਡ ਨੂੰ ਫਿਰਦੇ ਆ ਵੀ ਡਰ ਗਏ ਹੋਏ ਆ ਉੱਥੇ ਹਾਲਾਤਾਂ ਦੇ ਕੀ ਸੱਚ ਹੈ ਇਹ ਆ ਸੋਕੇ ਜੀ ਦੇਖੋ ਮੈਂ ਤਨ ਐਵੇਂ ਕਮਲ ਜਾ ਕੇ ਸਾਨੂੰ ਤਾਂ ਕਦੇ ਅਜ ਤੱਕ ਕਿਸੇ ਨੇ ਇਦਾਂ ਗੱਲ ਕੋਈ ਹੋਈ ਨਹੀਂ ਗੱਲ ਪਰ ਇਹ ਦੁਕਾਨ ਤਾਂ ਕਿ ਇਦਾਂ ਨਹੀਂ ਹੋਣਾ ਚਾਹੀਦਾ ਪੰਜਾਬ ਸਾਡਾ ਬਹੁਤ ਵਧੀਆ ਸਟੇਟ ਆ ਉੱਥੇ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਤੇ ਇਹ ਹੋਣਾ ਨਹੀਂ ਚਾਹੀਦਾ ਆਈ ਡੋਟ ਨੋ ਮੈਨੂੰ ਪਤਾ ਇਹਦੇ ਪਿੱਛੇ ਦਾ ਰੀਜ਼ਨ ਕੀ ਆ ਕੀ ਹੋ ਸਕਦਾ ਤੇ ਜੇ ਮੈਂ ਆਪਦੀ ਗੱਲ ਕਰਾਂ ਮੇਰਾ ਬਹੁਤ ਲੰਮਾ ਕੈਰੀਅਰ ਆ ਇਸ ਫੀਲਡ ਦੇ ਅੰਦਰ ਸੋ ਸਾਨੂੰ ਤਾਂ ਲੋਕੀ ਪੈਸੇ ਦੰਦੇ ਨੇ ਬਲਕਿ ਜਦੋਂ ਅਸੀਂ ਸਟੇਜ ਤੇ ਗਾਉਨੇ ਆ ਹੈਪੀ ਹੋ ਕੇ ਸਾਨੂੰ ਤਾਂ ਕਹਿੰਦੇ ਨੇ ਯਾਰ ਬਹੁਤ ਅੱਛਾ ਤੋਂ ਪ੍ਰੋਗਰਾਮ ਕੀਤਾ ਵੈਰੀ ਨਾਈਸ ਹਨ ਸੋ ਸਾਨੂੰ ਤਾਂ ਦੁਆਵਾਂ ਮ ਬਲੇਸਿੰਗ ਮਿਲਦੀਆਂ ਨੇ ਮੈਂ ਤਾਂ ਲੋਕਾਂ ਦੇ ਨੇੜੇ ਰਹਿਣਾ ਚਾਹੁੰਦਾ ਬਹੁਤ ਜ਼ਿਆਦਾ ਨਾ ਕਿ ਦੂਰ ਨਹੀਂ ਹੋਣਾ ਚਾਹੁੰਦਾ ਮੈਨੂੰ ਤਾਂ ਬਹੁਤ ਆਰਟਿਸਟ ਬੰਦੇ ਤਾਂ ਵੈਸੇ ਉਦੋਂ ਹੀ ਅੱਧਾ ਰਹਿ ਜਾਂਦਾ ਜਦੋਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦਾ ਜੀ ਜੀ ਸੋ ਇਹ ਹੋਣਾ ਨਹੀਂ ਚਾਹੀਦਾ ਤੇ ਪੰਜਾਬ ਸਾਡਾ ਖੁਸ਼ਹਾਲ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਦੀ ਤਾਂ ਅਸੀਂ ਹਮੇਸ਼ਾ ਸੁੱਖ ਮੰਗਦੇ ਹਾਂ ਹੁਣ ਵੀ ਬਤੇ ਸੇ ਮੈਂ ਤਾਂ ਜਿਆਦਾ ਟਾਈਮ ਪੰਜਾਬ ਚ ਰਹਿਣਾ ਇੱਥੇ ਬੈਠੇ ਵੀ ਲੋਕੀ ਭਾਵੇਂ ਤੁਸੀਂ ਬੈਠੇ ਹੋ ਜਿੱਥੇ ਜਿਹਦੇ ਪੰਜਾਬ ਦੇ ਨਾਲ ਜੜਾਂ ਨੇ ਜੜ ਤਾਂ ਸਾਡੀ ਉਹੀ ਹੈ ਨਾ ਉੱਥੇ ਜੀ ਸੋ ਪੰਜਾਬ ਸਾਡਾ ਖੁਸ਼ਹਾਲ ਰਹਿਣਾ ਚਾਹੀਦਾ ਆਮ ਵੀ ਸ਼ੇਰਾਂ ਸ਼ੇਰ ਬਹੁਤ ਜਿੱਦਾਂ ਕਹਿੰਦੇ ਭਾਰਤ ਹੈ ਵਾਂਗ ਮੁੰਦਰੀ ਵਿੱਚ ਨੱਗ ਪੰਜਾਬ ਦਾ ਭਾਰਤ ਹੈ ਜੀ ਨਸ਼ਾ ਤਾਂ ਨਸ਼ਾ ਸ਼ਰਾਬ ਦਾ ਸੋ ਪੰਜਾਬ ਨੂੰ ਤਾਂ ਅਲਗ-ਅਲਗ ਤਸਵੀਰਾਂ ਚ ਲੋਕਾਂ ਨਾਲ ਤਸਵੀਰਾਂ ਦੇ ਦੇ ਕੇ ਲਿਖਿਆ ਪੰਜਾਬ ਵਰਗੇ ਜੋਧੇ ਪੰਜਾਬ ਵਰਗੀ ਮਿੱਟੀ ਪੰਜਾਬ ਵਰਗਾ ਵਾਤਾਵਰਣ ਪੰਜਾਬੀਆਂ ਦਾ ਰਹਿਣਾ ਸਹਿਣਾ ਪੰਜਾਬੀਆਂ ਵਰਗਾ ਦਿਲ ਕਿਸੇ ਦਾ ਹੋ ਹੀ ਨਹੀਂ ਸਕਦਾ ਦੁਨੀਆ 'ਚ ਅਸੀਂ ਦੁਨੀਆ ਘੁੰਮ ਲਈਏ ਸਾਰੀ ਸੋ ਪੰਜਾਬ ਨੂੰ ਤਾਂ ਕਦੇ ਅਸੀਂ ਮਾੜਾ ਕਹਿ ਵੀ ਨਹੀਂ ਸਕਦੇ ਔਰ ਨਾ ਮਾੜਾ ਸੋਚ ਸਕਦੇ ਆ ਪਰ ਚਲੋ ਜੇ ਕੋਈ ਬੰਦਾ ਪੰਜਾਬ ਲਈ ਮਾੜਾ ਕਰੂਗਾ ਤਾਂ ਮੇਰੇ ਖਿਆਲ ਉਹਦਾ ਅਕਸ਼ ਨਹੀਂ ਰਹਿੰਦਾ ਕਿਸੇ ਨੇ ਵੀ ਪੰਜਾਬ ਨਾਲ ਅੱਜ ਤੱਕ ਮੱਥਾ ਲਾਇਆ ਹੋਊਗਾ ਤੇ ਖਤਮ ਹੋ ਜਾਂਦਾ ਬੰਦਾ ਤੇ ਪੰਜਾਬ ਸਾਡਾ ਜਿੰਦਾਬਾਦ ਆ ਜੀ ਜੋ ਇਹ ਆਪਾਂ ਦੇਖੀ ਜਾਂਦੇ ਮੈਨੂੰ ਨਹੀਂ ਪਤਾ ਰਾਜਨੀਤਿਕ ਚ ਚੀਜ਼ਾਂ ਹੁੰਦੀਆਂ ਨੇ ਕਿ ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਘਟਾ ਉਹ ਮੈਨੂੰ ਜਿਸ ਦਿਨ ਉਹਦੀ ਮੈਂ ਕੈਨੇਡਾ ਨੂੰ ਆਉਣਾ ਸੀਗਾ 2 ਦਿਨ ਪਹਿਲਾਂ ਮੈਨੂੰ ਮੇਰੇ ਮੈਨੂੰ ਕਾਲ ਆਈ ਸੀ ਉਹਦੀ ਤੇ ਕਹਿੰਦਾ ਮੈਂ ਭਾਜੀ ਤੁਹਾਨੂੰ ਮਿਲਣਾ ਮੇਰੇ ਗਾਣੇ ਤੇ ਵੀ ਬਹੁਤ ਰੀਲ ਬਣਾ ਕੇ ਪਾਈਆਂ ਕਈ ਵਾਰੀ ਉਹਨੇ ਮੈਨੂੰ ਟੈਗ ਕਰਦੇ ਸੀ ਲੋਕੀ ਤੇ ਮੈਂ ਕਿਹਾ ਚਲ ਆ ਜਾ ਕੋਈ ਨਹੀਂ ਮੈਂ ਇੱਥੇ ਹੀ ਹਾਂ ਮੋਹਾਲੀ ਮੈਂ ਕਿਹਾ ਪਰ ਮੈਂ ਕੱਲ ਨੂੰ ਚਲੇ ਜਾਣਾ ਕਹਿੰਦਾ ਫਿਰ ਮੈਂ ਭਾਜੀ ਉੱਥੇ ਮਿਲੂੰਗਾ ਬੈਨਕੂਵਰ ਆ ਕੇ ਉਹ ਵੀ ਹੁਣ ਮੈਂ ਆ ਨਹੀਂ ਸਕਦਾ 2 ਦਿਨ ਤਾਂ ਨਹੀਂ ਆ ਜਾਣਾ ਬਿਲਕੁਲ ਮੋਹਾਲੀ ਚਲੋ ਉਸ ਤੋਂ ਬਾਅਦ ਵਿਚਾਰੇ ਨੂੰ ਬਸ ਉਹ ਏਦਾਂ ਹੀ ਰਹਿ ਗਈ ਹੈ ਨਾ ਉਜੇ ਗੱਲ ਬਾਤ ਇਹ ਸੁਪਨਾ ਜਿਹੜਾ ਉਹ ਅਧੂਰਾ ਰਹਿ ਗਿਆ ਤਾਂ ਇਦਾਂ ਇਦਾਂ ਦੇ ਹੈਪਨ ਨਹੀਂ ਹੋਣੇ ਚਾਹੀਦੇ ਇਹ ਪੰਜਾਬੀ ਤ ਲਈ ਬਹੁਤ ਮਾੜੀ ਗੱਲ ਆ ਸਾਡੇ ਲਈ ਪੰਜਾਬੀ ਤ ਲਈ ਤੇ ਜੇ ਇਦਾਂ ਦੀ ਗੱਲਾਂ ਸਿੰਗਰਾਂ ਨਾਲ ਹੁੰਦੀਆਂ ਨੇ ਸੋ ਸਿੰਗਰ ਤਾਂ ਮੈਂ ਕਹਿੰਦਾ ਵੀ ਲੋਕਾਂ ਦਾ ਲੋਕ ਗਾਇਕ ਤਾਂ ਹੀ ਕਹਿੰਦੇ ਆ ਉਹਨੂੰ ਲੋਕਾਂ ਦਾ ਕਲਾਕਾਰ ਹੁੰਦਾ ਇੱਕ ਰਿਪਰੈਜ਼ੈਂਟੇਸ਼ਨ ਆ ਲੋਕਾਂ ਦਾ ਕਲਾਕਾਰ ਹੁੰਦਾ ਪੰਜਾਬ ਨੂੰ ਰਿਪਰੈਜ਼ੈਂਟ ਵੀ ਕਰਦੇ ਨੇ ਸਿੰਗਰ ਜਿੰਨੇ ਵੀ ਉਹਦੇ ਦਾਰਨੇ ਤੁਸੀਂ ਰੇਡੀਓ ਚਲਾ ਰਹੇ ਹੋ ਸੋ ਇਹ ਪੰਜਾਬੀ ਮਾਂ ਬੋਲੀ ਦੀ ਕਿਤੇ ਨਾ ਕਿਤੇ ਅ ਜੜ ਹੈ ਪਿੱਲਰ ਨੇ ਹੈਨਾ ਜੇ ਤੁਸੀਂ ਇਹਨਾਂ ਪਿੱਲਰਾਂ ਨੂੰ ਤੋੜੋਗੇ ਇਦਾਂ ਕਰਕੇ ਤੇ ਕਿਸੇ ਭਾਸ਼ਾ ਨੂੰ ਖਤਮ ਕਰਨਾ ਹੋਵੇ ਨਾ ਉਹਦਾ ਸੱਭਿਆਚਾਰ ਖਤਮ ਕਰਨਾ ਸ਼ੁਰੂ ਕਰ ਦੋ ਤੇ ਭਾਸ਼ਾ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ ਜੀ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਮੈਨੂੰ ਦੁੱਖ ਹੁੰਦਾ ਇਦਾਂ ਵੀ ਇਹ ਗੱਲਾਂ ਸੁਣ ਕੇ ਆਰਟਿਸਟਾਂ ਦੇ ਨਾਲ ਕਾਹਦਾ ਵੈਰ ਆ ਬ ਕੋਈ ਜਿੱਡਾ ਮਰਜੀ ਵੱਡਾ ਆਰਟਿਸਟਾ 1 ਲੱਖ ਦਾ ਐਡਵਾਂਸ ਦੇ ਕੇ ਜਿੱਤ ਮਰਜੀ ਬਿਲਾ ਲਓ ਹੂੰ ਉਹਨੂੰ ਕੀ ਕੀ ਮਾਰਨ ਔਖਾ ਹੈ ਜੀ ਜੀ ਸੋ ਪਰ ਮੈਨੂੰ ਲੱਗਦਾ ਨੇ ਕਿ ਪੰਜਾਬ ਲਈ ਪੰਜਾਬ ਵੀ ਲਈ ਅੱਛੀ ਗੱਲ ਨਹੀਂ ਬਸ ਮੈਂ ਤਾਂ ਇਹ ਕਹਿ ਸਕਦਾ ਕਿ ਪੰਜਾਬ ਸਾਡਾ ਖੁਸ਼ਹਾਲ ਹੈ ਮਿਲ ਜੁਲ ਕੇ ਰਹੋ ਯਾਰ ਬਹੁਤ ਚੰਗੀਆਂ ਹੂੰ ਕੀ ਕਮਾਉਣ ਜਜ਼ਬਾਤੀ ਹੋ ਜਾਂਦੇ ਨੇ ਕਿ ਮੇਰੇ ਪੰਜਾਬ ਲਈ ਸੋਚਦੇ ਆ ਇਦਾਂ ਤੇ ਸਾਡੇ ਭੈਣ ਭਰਾ ਉੱਥੇ ਜਿਹੜੇ ਰਹਿੰਦੇ ਨੇ ਜਾਂ ਇੱਥੇ ਵੀ ਰਹਿੰਦੇ ਨੇ ਹੁਣ ਤਾਂ ਪੰਜਾਬੀ ਸਾਰੀ ਦੁਨੀਆ ਦੇ ਵਿੱਚ ਹੀ ਆ ਜੀ 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 ਬਟ ਦੇਖੋ ਪੰਜਾਬੀ ਬੰਦਾ ਉੱਤੇ ਰਾਜਨੀਤਿਕ ਭਾਰੂ ਹੈ ਹਨ ਤੁਸੀਂ ਰਾਜਨੀਤੀ ਤੇ ਜ਼ਿਕਰ ਕੀਤਾ ਕਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਸੀਐਮ ਭਗਵੰਤ ਮਾਨ ਨਾਲ ਤੁਹਾਡੀ ਬਹੁਤ ਗੁੜੀ ਯਾਰੀ ਆ ਤੁਸੀਂ ਕਦੀ ਇਹ ਜ਼ਿਕਰ ਨਹੀਂ ਇਹ ਕੀਤਾ ਕਿ ਤੁਹਾਡੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਅੱਜ ਕੱਲ ਮੈਨੂੰ ਪਤਾ ਉਹ ਕਾਫੀ ਬਿਜ਼ੀ ਆ ਕਿ ਉਹਨੀ ਗੁੜੀ ਯਾਰੀ ਆ ਹੱਲੇ ਵੀ ਇਹ ਚੀਜ਼ਾਂ ਆ ਤੁਸੀਂ ਕਦੀ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਐਮ ਬਣਨ ਤੋਂ ਬਾਅਦ ਉਹਦਾ ਪਹਿਲਾਂ ਤੋਂ ਬਹੁਤ ਮਿਲਦੇ ਰਹੇ ਆ ਮੈਂ ਉਹ ਮਿਲ ਕੇ ਵੀ ਐਸੀ ਉਹਨਾਂ ਨੂੰ ਵਧਾਈ ਵੀ ਦੇ ਕੇ ਆ ਸੀ ਓਕੇ ਨਾਈਸ ਨਾਈਸ ਸੋ ਠੀਕ ਹੈ ਮੈਂ ਕਹਿੰਦਾ ਪੰਜਾਬ ਦਾ ਕੁਝ ਸੁਧਾਰ ਹੋਵੇ ਜੀ ਕੋਈ ਵੀ ਮੈਂ ਤਾਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਕੋਈ ਬੰਦਾ ਵੀ ਹੈ ਜੇ ਪੰਜਾਬ ਦਾ ਕੋਈ ਫਾਇਦਾ ਕਰਦਾ ਤਾਂ ਅਸੀਂ ਤਾਂ ਉਹਦੇ ਨਾਲ ਆ ਪੰਜਾਬ ਦਾ ਭਲਾ ਹੋਣਾ ਚਾਹੀਦਾ ਪੰਜਾਬ ਸਾਡਾ ਬਹੁਤ ਪਿੱਛੇ ਚਲਾ ਗਿਆ ਸੁਨਹਿਰੀ ਅਕਸ਼ਰਾਂ ਦੇ ਵਿੱਚ ਪੰਜਾਬ ਦੀ ਤਾਂ ਲੋਕੀ ਤਸਵੀਰ ਐਗਜ਼ਾਮਪਲਾਂ ਦਿੰਦੇ ਸੀਗੇ ਸੋ ਪੰਜਾਬ ਸੋਨੇ ਦੀ ਚਿੜੀਆ ਸੋਨੇ ਦੀ ਚਿੜੀ ਬਣ ਜਾਣਾ ਚਾਹੀਦਾ ਹੈਨਾ ਪੰਜਾਬੀਆਂ ਵਰਗਾ ਤਾਂ ਦਿਲ ਕੀਤੇ ਹੁਣ ਤੁਸੀਂ ਦੇਖੋ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਇੰਡੀਆ ਸੀ ਗੱਲ ਠੀਕ ਹੈ ਜੀ ਮੋਢੇ ਨਾ ਮੋਢਾ ਜੋੜਿਆ ਸੀ ਮਤਲਬ ਜੀ ਪੰਜਾਬ ਨਾ ਹੁੰਦਾ ਤਾਂ ਸਕਸੈਸ ਹੀ ਨਹੀਂ ਹੋ ਸਕਣਾ ਸੀਗਾ ਉਹ ਅੰਦੋਲਨ ਬਿਲਕੁਲ ਜੀ ਠੀਕ ਹੈ ਸੋ ਪੰਜਾਬੀਆਂ ਦੇ ਵਿੱਚ ਏਕਤਾ ਵੀ ਬਹੁਤ ਹੈ ਪਤਾ ਨਹੀਂ ਇਹ ਕਿੱਥੋਂ ਹੋ ਜਾਂਦਾ ਵੀ ਬੈਰ ਵਿਰੋਧ ਆਪਸੇ ਨਹੀਂ ਸਿੰਘ ਪਸਾਣੇ ਚਾਹੀਦੇ ਮੇਰੇ ਖਿਆਲ ਦੇ ਵਿੱਚ ਤਾਂ ਇਹ ਆ ਕਿਤੇ ਵੀ ਪੰਜਾਬੀ ਰਹਿੰਦੇ ਨੇ ਮੈਂ ਤਾਂ ਇਹ ਗੱਲ ਕਰਦਾ ਕਿ ਵੀ ਵੀ ਪੰਜਾਬੀਆਂ ਨੂੰ ਆਪਸ ਵਿੱਚ ਸਿੰਘ ਪਸਾਓ ਮਿਲ ਜੁਲ ਕੇ ਉਹ ਯਾਰ ਬਹੁਤ ਚੰਗਾ ਲੱਗਦਾ ਹਨਾ ਜਿਵੇਂ ਅਸੀਂ ਖਾੜੇ ਲਾਉਨੇ ਆ ਤਾਂ ਕਿਦਾਂ ਮਤਲਬ ਕਿੰਨਾ ਕਿੰਨਾ ਇਕੱਠਾ ਹੋ ਜਾਂਦਾ ਕਿੰਨਾ ਪਿਆਰ ਦਿੰਦੇ ਨੇ ਹਰ ਚੀਜ਼ ਦੇ ਵਿੱਚ ਆਪਾਂ ਨੇ ਅੱਗੇ ਮੱਲਾ ਮਾਰ ਲਿਆ ਸੋ ਮਿਲ ਜੁਲ ਕੇ ਰਹਿਣਾ ਬਸ ਬਸ ਇਹੀ ਮੈਂ ਅਪੀਲ ਕਰਦਾ ਕਿ ਮਿਲ ਕੇ ਹੀ ਰਹੋ ਬਸ ਜੀ